ਸ਼ੁਰੂ ਕਰ ਸਕਨੇ ਆ ਅਮ ਸਬ ਕਾਮਰੇਡਸ ਨੂੰ ਲਾਲ ਸਲਾਮ ਤੇ ਜੀ ਆਇਆਂ ਨੂੰ ਮੇਰਾ ਨਾਮ ਸਾਰਾ ਹੈ ਔਰ ਅੱਜ ਦੀ ਜਿਹੜੀ ਐਸਏਟੀ ਬੈਠਕ ਹੈ ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਡੇ ਮੌਜੂਦ ਦੇ ਬਾਰੇ ਕੁਝ ਸਾਂਝੀਆਂ ਕਰਨੀਆਂ ਨੇ ਬਹੁਤ ਬੇਸਿਕ ਇੰਟਰੋਡਕਟਰੀ ਤੌਰ ਤੇ ਅਮ ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਅੱਜ ਦੀ ਗੱਲਬਾਤ ਜਿਹੜੀ ਹੈ ਉਹ ਅਸੀਂ ਪੀਪਲਸ ਪੋਇਟਿਕਸ ਜਾਂ ਤੁਸੀਂ ਸਮਝ ਲਓ ਲੋਕ ਸ਼ਾਇਰੀ ਦਾ ਫਲਸਫਾ ਲੋਕ ਸ਼ਾਇਰੀ ਦੀ ਇੱਕ ਤਰ੍ਹਾਂ ਤੱਤ ਜਿੰਨੂੰ ਅਸੀਂ ਕਹਿੰਦੇ ਆ ਪੰਜਾਬੀ ਵਿੱਚ ਐਸੈਂਸ ਉਹਦੇ ਸਟ੍ਰਕਚਰ ਬਾਰੇ ਅਸੀਂ ਕੁਝ ਗੱਲਾਂ ਕਰਾਂਗੇ ਔਰ ਕਿਵੇਂ ਉਹ ਸਾਡੀ ਇੱਕ ਜਿਹੜੀ ਤਰੱਕੀ پسند ਸੋਚ ਹੈ ਜਾਂ ਪ੍ਰੋਗਰੈਸਿਵ ਸਿਆਸਤ ਹੈ ਉਸਦੇ ਵਿੱਚ ਉਹਦਾ ਕੀ ਜੋੜ ਬਣਦਾ ਹੈ ਔਰ ਥੀਰੀ ਨਾਲ ਕੀ ਜੋੜ ਬਣ ਬਣਦਾ ਹੈ ਤੇ ਅਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਬਸ ਇਹ ਦੱਸ ਦਿਆਂ ਕਿ ਅਮ ਗੱਲ ਮੈਂ ਪੰਜਾਬੀ ਵਿੱਚ ਕਰਾਂਗੀ ਅਮ ਡਿਫਾਲਟ ਐਪੋਜੀਸ਼ਨ ਹੈ ਲੇਕਿਨ ਅਗਰ ਇੱਥੇ ਕਮੈਂਟਸ ਬਿਲਕੁਲ ਮੇਰੇ ਸਾਹਮਣੇ ਨੇ ਤੇ ਕਿਸੇ ਨੂੰ ਸਮਝ ਨਹੀਂ ਆ ਰਹੀ ਮੈਨੂੰ ਬਿਲਕੁਲ ਪਤਾ ਹੈ ਕਿ ਸਾਰੇ ਮੁxtਲਫ ਜ਼ਬਾਨਾਂ ਬੋਲਦੇ ਨੇ ਅਮ ਜ਼ਾਇਰੀ ਗੱਲ ਹੈ ਤੇ ਕੋਈ ਸਮਝ ਨਾ ਆਏ ਸ਼ੈ ਤੁਸੀਂ ਮੈਨੂੰ ਰੋਕ ਕੇ ਤੁਸੀਂ ਮੈਨੂੰ ਇੱਕ ਮੈਸੇਜ ਛੱਡ ਸਕਦੇ ਹੋ ਮੈਂ ਐਕਸਪਲੇਨ ਕਰ ਦੇਾਂਗੀ ਫੌਰਨ ਜਾਂ ਬਿਲਕੁਲ ਅਗਰ ਮੁਸ਼ਕਿਲ ਹੋ ਰਿਹਾ ਹੈ ਖਾਸ ਤੌਰ ਤੇ ਸਿੰਧ ਜਾਂ ਪਖਤੂਨਖਵਾ ਜਾਂ ਬਲੂਚ ਕਮਰੇਟਸ ਦੇ ਲਈ ਤੇ ਮੈਂ ਉਰਦੂ ਦੇ ਵਿੱਚ ਵੀ ਨਾਲ ਕਰ ਦੇਾਂਗੀ ਗੱਲ ਅਮ ਤੇ ਥੋੜੀ ਜਿਹੀ ਮੈਂ ਕੋਸ਼ਿਸ਼ ਹੈ ਕੀਤੀ ਕਿ ਜ਼ਾਇਰ ਸਾਡੇ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਐਸੀ ਇੱਕ ਦੂਸਰੇ ਦੀਆਂ ਜਿਹੜੀਆਂ ਜ਼ੁਬਾਨਾਂ ਨੇ ਔਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਇਨਡੀਜਨਸ ਪੋਇਟਿਕਸ ਦੀ ਤੇ ਅਸੀਂ ਉਹ ਜ਼ਬਾਨ ਇਸਤੇਮਾਲ ਵੀ ਕਰੀਏ ਔਰ ਅੰਗਰੇਜ਼ੀ ਦਾ ਔਰ ਉਰਦੂ ਦਾ ਇੱਕਾਸਤਰਾ ਦਾ ਅ ਇੱਕ ਤੇ ਨੈਸ਼ਨਲ ਸਤਾ ਦੇ ਉਤੇ ਜੋ ਇੱਕ ਉਹਦਾ ਉਹਦੀ ਹੈਜਮਨੀ ਜਿੰਨੂੰ ਅਸੀਂ ਕਹਿੰਦੇ ਆ ਉਸ ਨੂੰ ਥੋੜਾ ਜਿਹਾ ਤੋੜਨ ਦੀ ਵੀ ਲੋੜ ਹੈ ਉਸ ਨੂੰ ਥੋੜਾ ਜਿਹਾ ਜੰਜੋੜਨ ਦੀ ਵੀ ਲੋੜ ਹੈ ਲੇਕਿਨ ਕਿਸੇ ਵੀ ਪੁਆਇੰਟ ਤੇ ਕੋਈ ਸਮਝ ਨਹੀਂ ਲੱਗ ਰਹੀ ਪਲੀਜ਼ ਸਟਾਪ ਐਂਡ ਆਸਕ ਮੈਂ ਸਮਝਾ ਦੇਵਾਂਗੀ ਤੇ ਅਮ ਅਗਰ ਅਸੀਂ ਆਪਣੀ ਗੱਲ ਸ਼ੁਰੂ ਕਰੀਏ ਪੀਪਲਸ ਪੋਇਟਿਕਸ ਦਾ ਜਿਹੜਾ ਮੈਂ ਟਾਈਟਲ ਇਹਦੇ ਵਿੱਚ ਇਸਤੇਮਾਲ ਕੀਤਾ ਸੀ ਕਿ ਅਮ ਅੱਜ ਅਸੀਂ ਕਿਸ ਤਰ੍ਹਾਂ ਸਟਰਕਚਰ ਮੈਂ ਥੋੜਾ ਜਿਹਾ ਸੋਚਿਆ ਹੈ ਕਿ ਇੱਕ ਇੰਟਰੋਡਕਸ਼ਨ ਦੇ ਕੇ ਤੇ ਇੱਕ ਦੋ ਟੈਕਸਟਸ ਮੈਂ ਸਿਲੈਕਟ ਕੀਤੇ ਨੇ ਜੋ ਰੀਡਿੰਗ ਸਟਾਡਰ ਨਾਲ ਸ਼ੇਅਰ ਵੀ ਹੋਈਆਂ ਨੇ ਸੋ ਇੱਕ ਦੋ ਤਿੰਨ ਕਾਫੀਆਂ ਨੇ ਕਾਫੀ ਇੱਕ ਜਿਹੜੀ ਹੈ ਪੰਜਾਬੀ ਆ ਯਾ ਪਿੰ ਸਿਰਫ ਪੰਜਾਬੀ ਨਹੀਂ ਇੱਥੇ ਦੀ ਜਿਹੜੀ ਇਸ ਇਲਾਕੇ ਦੀ ਰਫਲੀ ਜਿਹੜੀ ਪੁਰਾਣੀ ਇੱਕ ਨਜ਼ਮ ਦੀ ਪੋਇਟਰੀ ਦੀ ਫਾਰਮ ਹੈ ਔਰ ਗਾਵਣ ਦੀ ਵੀ ਫਾਰਮ ਹੈ ਬਹੁਤ ਜ਼ਰੂਰੀ ਹੈ ਯਾਦ ਰੱਖਣਾ ਕਿ ਪਰਫਾਰਮ ਕਰਨ ਵਾਲੀ 뮤ਜ਼ਿਕ ਨਾਲ ਜੁੜੀ ਹੋਈ ਕਵਾਲੀ ਦੇ ਨਾਲ ਜੁੜੀ ਹੋਈ ਔਰ फॉर्म uh, भी है सो so, कुछ काफ़िया ने और कुछ uh, शायद सारी जड़ी मैं शेयर कीतिया ने पेज के उत्ते सारी ना पढ़ सकी सकीठे लेकिन uh, 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 वो टैक्स थोड़े मौजूद ने बाद कोई मेरे तो सवाल भी करना चाहते हो को, कोई कोई मसला नहीं है तो थोड़ा बस मैं स्ट्रक्चर थोड़े न शेयर कर लेता है कि ਐ ਸਾਰੇ ਜੁਣ ਅਸੀਂ ਐਡਮਿਨ ਰਿਲੇਟਡ ਜੋ ਵੀ ਸਿੰਪਲ ਗੱਲਾਂ ਇੰਟਰੋਡਕਸ਼ਨ ਕਰਦੀਆਂ ਨੇ ਤੇ ਐਸੀ ਆਪਣੀ ਗੱਲ ਵਾ ਲਾਣੇ ਆ ਕਿ ਇਹ ਬਿਲਕੁਲ ਸਹੀ ਹੈ ਅਗਰ ਕੋਈ ਸਵਾਲ ਕਰਦਾ ਹੈ ਕੋਈ ਪੁੱਛਦਾ ਹੈ ਕਿ ਜਿੱਥੇ ਇਹਨਾਂ ਕੁਝ ਚੱਲ ਰਿਹਾ ਹੈ ਇਸ ਮੁਲਕ ਵਿੱਚ ਔਰ ਜਿੱਨੇ ਜਿੱਥੇ ਹੁਣ ਤੇ ਇਸ ਵੇਲੇ ਕੋਰੋਨਾ ਔਰ ਕੋਵਿਡ 19 ਦੀ وجہ ਤੋਂ ਵੀ ਜਿਸ ਤਰ੍ਹਾਂ ਦੀ ਇੱਕ ਪੋਲਿਟੀਕਲ ਸਿਚੁਏਸ਼ਨ ਇੱਕ ਕ੍ਰਾਈਸਿਸ ਬਣ ਰਿਹਾ ਹੈ ਉਸ ਦੇ ਵਿੱਚ ਕੀ ਲੋੜ ਹੈ ਜਾਂ ਕੀ ਕੰਮ ਆ ਸਕਦੀ ਹੈ ਸਾਡੇ ਐ ਸ਼ਾਇਦੀ ਇਹ ਪੁਰਾਣੀ ਸ਼ਾਇਰੀ ਉਹ ਵੀ ਇੱਕ ਐਸੀ ਜ਼ਬਾਨ ਦੇ ਵਿੱਚ ਲਿਖੀ ਹੋਈ ਜੋ ਕਿ ਹੁਣ ਇਸ ਵੇਲੇ ਤੇ ਕਿਸੇ ਦੇ ਕਿਸੇ ਕਿਸਮ ਦੀ ਵੀ ਯੂਜ਼ ਦੇ ਵਿੱਚ ਨਹੀਂ ਹੈ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਅਗਰ ਆਲਮੀ ਸਰਮਾਇਦੀ ਜ਼ੁਬਾਨ ਨੂੰ ਵੇਖੋ ਤੇ ਉਹ ਅੰਗਰੇਜ਼ੀ ਹੈ ਸੋ ਅਗਰ ਅਸੀਂ ਗਲੋਬਲ ਸੱਤਾ ਤੇ ਗੱਲ ਕਰਨਾ ਚਾਹੁੰਦੇ ਆਂ ਤੇ ਅੰਗਰੇਜ਼ੀ ਸਾਹਮਣੇ ਆਂਦੀ ਹੈ ਸਾਡੇ ਔਰ ਅਗਰ ਅਸੀਂ ਮুলਕੀ ਸੱਤਾ ਦੇ ਹੋਤੇ ਔਰ ਮুলਕੀ ریاست ਦੇ ਉਹ ਤੇ ਹੋਰ ਕਰੀਏ ਤੇ ਉਹ ਉਰਦੂ ਹੈ ਜ਼ਬਾਨ ਸੋ ਪੰਜਾਬੀ ਸਿੰਧੀ ਪਸ਼ਤੋ ਇਹਨਾਂ ਦੀ ਜ਼ਬਾਨ ਜ਼ਬਾਨਾਂ ਦੇ ਉੱਤੇ ਜਾਂ ਇਹਨਾਂ ਦੇ ਵਿੱਚ ਕੀ ਵਿਚਾਰ ਪੁਰਾਣੇ ਅਮ ਇਹਨਾਂ ਜ਼ਬਾਨਾਂ ਦੇ ਨਾਲ ਜੁੜੇ ਹੋਏ ਲਿਟਰੇਚਰ ਜਾਂ ਲਿਖਤਾਂ ਦੇ ਵਿੱਚ ਆਂਦੇ ਨੇ ਉਹ ਕਿਉਂ ਇੰਪੋਰਟੈਂਟ ਹੋ ਸਕਦੇ ਨੇ ਸੋ ਪਹਿਲਾ ਤੋਂ ਇਹ ਅਮ ਇਹਦਾ ਸਵਾਲ ਜਿਹੜਾ ਇਹ ਸਵਾਲ ਇੰਪੋਰਟੈਂਟ ਹੈ ਔਰੇ ਦਾ ਜਵਾਬ ਦੇਣਾ ਵੀ ਜ਼ਰੂਰੀ ਹੈ ਕਿ ਇਹ ਕੋਈ ਕੋਈ ਕਿਸੇ ਕਿਸਮ ਦਾ ਸਿਰਫ ਇੱਕ esthetic project ਨਹੀਂ ਹੈ ਜਿਸ ਦੇ ਵਿੱਚ ਅਸੀਂ ਕੋਈ ਸੋ ਕਾਲਡ ਪੁਰਾਣੇ ਕਲਚਰ ਜਾਂ ਗਵਾਚੇ ਕਲਚਰ ਨੂੰ ਅਸੀਂ ਰੋਮਾਂਟਿਕਾਈਜ਼ ਕਰਨਾ ਹੈ ਜਾਂ ਉਹਨੂੰ ਫੈਟਿਸ਼ ਬਣਾ ਕੇ ਪੇਸ਼ ਕਰ ਰਹੇ ਹਾਂ ਜਾਂ ਉਹਦਾ ਸਿਰਫ ਚਸ ਲੈ ਰਹੇ ਹਾਂ ਉਹਨੂੰ ਇੱਕ esthetic object ਅਸੀਂ ਬਣਾ ਰਹੇ ਹਾਂ ਜਿਵੇਂ ਅੰਗਰੇਜ਼ਾਂ ਨੇ ਕੀਤਾ ਜਾਇਰ ਹੈ ਇੱਥੇ ਦੀ ਜ਼ਬਾਨਾ ਜਿਵੇਂ ਇੱਕ ओरिएंटਲਿਸਟ ਆਉਟਲੁੱਕ ਹੈ ਸੋ ਉਹ ਬਿਲਕੁਲ ਵੀ ਮਕਸਦ ਨਹੀਂ ਹੈ ਸੋ ਮਕਸਦ ਇਹ ਹੈ ਕਿ ਸਵਾਲ ਦਾ ਜਿਹੜਾ ਇਹ ਜਵਾਬ ਹੈ ਉਹ ਕੋਈ ਵੀ ਸਿੱਧਾ ਨਹੀਂ ਹੈ ਉਹਦੇ ਲਈ ਵੀ ਸਾਨੂੰ ਇੱਕ ਪੁਰਾਣੀ ਥੋੜੀ ਜੀ ਹਿਸਟਰੀ ਦੇ ਵੱਲ ਜਾਣਾ ਪਏਗਾ ਔਰ ਅਗਰ ਮੈਂ ਬਹੁਤ ਮੁਖ्तसर ਕਰਕੇ ਗੱਲ ਕਰਾਂ ਤੇ ਉਹ ਜਿਹੜੀ ਹਿਸਟਰੀ ਹੈ ਉਹ ਹੈ ਕਲੋਨੀ ਗੀਰ ਯਾਨੀ ਕੋਲੋਨੀਅਲ ਐਕਸਪੀਰੀਅੰਸ ਜਿਹੜਾ ਸਬ ਕੰਟੀਨੈਂਟ ਤੇ ਰਿਹਾ ਹੈ ਉਸਦੀ ਹਿਸਟਰੀ ਜੋ ਕਿ ਇਸ ਜ਼ਬਾਨ ਦੇ ਮਸਲੇ ਨੂੰ ਉਹਦੇ ਪੂਰੀ ਕੋਲੋਨੀਅਲ ਔਰ ਕਲਾਸ ਬੇਸਡ ਇੱਕ ਅਨਾਲਿਸਿਸ ਦੇ ਵਿੱਚ ਸਾਡਾ ਦੇਖਣਾ ਬਹੁਤ ਜ਼ਰੂਰੀ ਹੈ ਔਰ ਦੂਜਾ ਇਹਦੇ ਵਿੱਚ ਮੈਂ ਥੋੜਾ ਜਿਹਾ ਜਿਹੜਾ ਐਡ ਕਰਦੇ ਹਾਂ ਕਿ ਜ਼ਾਹਿਰ ਹੈ ਸਭ ਤੋਂ ਜ਼ਿਆਦਾ ਸੀ ਅਮ ਇੱਕ ਜਿਹੜਾ ਫਿਲਹਾਲ ਸਾਨੂੰ ਦੌਰ ਦਿਸਦਾ ਹੈ ਉਹਦੇ ਵਿੱਚ ਅੰਗਰੇਜ਼ ਕਲੋਨੀਗਿਰ ਨਿਜ਼ਾਮ ਦਾ ਬਹੁਤ ਵੱਡਾ ਹੱਥ ਹੈ ਉਹਨੂੰ ਸ਼ੇਪ ਕਰਨ ਨੇ ਜੋ ਉਹਦੇ ਵਿੱਚ ਜਿਹੜੀਆਂ ਉੱਚ-ਨੀਚ ਔਰ ਇਨ ਇਕਵਲਟੀਜ਼ ਨੂੰ ਕ੍ਰੀਏਟ ਕਰਨੇ ਤੇ ਲੇਕਿਨ ਅਮ ਜਿਹੜਾ ਮੁਗਲ ਦੌਰ ਸੀ ਔਰ ਮੁਗਲ ਦੌਰ ਦੀ ਵੀ ਜਿਹੜੀ ਕਲਚਰਲ ਕੁਝ ਹੈਜਮਨੀ ਸੀ ਜਿਹਦੇ ਵਿੱਚ ਫਾਰਸੀ ਖਾਸ ਤਰ੍ਹਾਂ ਦੀ ਇੱਕ ਦਰਬਾਰ ਦੀ ਫਾਰਸੀ ਔਰ ਉਰਦੂ ਵੀ ਉਹਦਾ ਹਿੱਸਾ ਬਣੀ ਉਸ ਜ਼ਮਾਨੇ ਦੇ ਵਿੱਚ ਵੀ ਲੋਕਾਂ ਦੀ ਜਿਹੜੀਆਂ ਆਪਣੀਆਂ ਇਸ ਦੇਸ਼ ਤੋਂ ਫੁੱਟੀਆਂ ਜਿਹੜੀਆਂ ਜ਼ਬਾਨਾਂ ਨੇ ਉਹਨਾਂ ਦਾ ਇਹ ਇਹ ਹਾਇਰਾਰਕੀ ਐਗਜ਼ਿਸਟ ਕਰਦੀ ਸੀ ਪਰ ਖਾਸ ਤੌਰ ਤੇ ਅਗਰ ਅਸੀਂ ਅੰਗਰੇਜ਼ ਦੇ ਇੱਕ ਜਿਹੜਾ ਕੰਗਰੇਸ ਦੇ ਨਾਲ ਲਾਇਆ ਹੋਇਆ ਜਿਹੜਾ ਇੱਕ ਰਿਆਸਤ ਦਾ ਇੱਕ ਸਰਕਾਰ ਦਾ ਇੱਕ ਬਿਊਰੋਕਰੇਸੀ ਦਾ ਨਿਜ਼ਾਮ ਦੇਖੀਏ ਤੇ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਫਰਸਟ ਜਿਹੜਾ ਸਿੰਪਲ ਸੀ ਕਿ ਇੱਕ ਜ਼ੁਬਾਨਾਂ ਦੀ ਜਿਹੜੀ ਜਿਹੜੀ ਨੋਲੇਜ ਕਿ ਸਿਸਟਮ ਸੰਗ ਕੋਲੋਨੀਅਲਿਜ਼ਮ ਦੇ অর ਕਲੂਨੀਗੀਰੀ ਦੇ ਉਹਨਾਂ ਦੇ ਵਿੱਚ ਜ਼ੁਬਾਨਾਂ ਦੀ ਕੈਟਾਗਰੀਜ਼ ਬਣਾਣਾ ਫਿਰ ਉਹਨਾਂ ਦੀ ਹਾਇਰਾਰਕੀ ਬਣਾਣਾ ਸੋ ਇਹ ਕਿਹਾ ਗਿਆ ਪੁਰਾਣੇ ਜਿਹੜੇ ਜਿੰਨੇ ਉਸ ਵੇਲੇ ਅੰਗਰੇਜ਼ ਸਕਾਲਰ ਸਨ ਉਹਨਾਂ ਨੇ ਕਿਹਾ ਕਿ ਜੀ ਸੰਸਕ੍ਰਿਤ ਤੇ ਫਾਰਸੀ ਔਰ ਉਰਦੂ ਜਿਹੜੀਆਂ ਨੇ ਐਸ ਜ਼ਬਾਨਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਕਲਚਰ ਮੌਜੂਦ ਹੈ ਜਿਨ੍ਹਾਂ ਦੀ ਤਹਿਜ਼ੀਬ ਹੈ ਜਿਨ੍ਹਾਂ ਦੇ ਵਿੱਚ ਤੁਸੀਂ ਫਲਸਫੇ ਬਾਰੇ ਲਿਖ ਸਕਦੇ ਹੋ ਜਿਨ੍ਹਾਂ ਦੇ ਵਿੱਚ ਤੁਸੀਂ ਕੋਈ ਸ਼ਾਇਰੀ ਕਮ ਦੀ ਚੱਜ ਦੀ ਲਿਖ ਸਕਦੇ ਹੋ ਔਰ ਬਾਕੀਆਂ ਜਿਹੜੀਆਂ ਇੱਥੇ ਜ਼ਬਾਨਾਂ ਬੋਲੀਆਂ ਜਾਂਦੀਆਂ ਨੇ ਉਹਨਾਂ ਦੇ ਲਈ ਉਹਨਾਂ ਨੇ ਕੋਟ ਅਨਕੋਟ ਵਲਗਰ ਦਾ ਲਫ਼ਜ਼ ਇਸਤੇਮਾਲ ਕੀਤਾ ਕਿ ਵਰਗਰ ਨੇ ਇਹਨਾਂ ਦੇ ਵਿੱਚ ਕੁਝ ਵੀ ਨਹੀਂ ਕੱਖ ਵੀ ਨਹੀਂ ਔਰ ਉਹੋ ਹੀ ਐਟੀਟਿਊਡ ਜਿਹੜਾ ਹੈ ਉਹ ਜ਼ਾਹਿਰ ਹੈ ਫਿਰ ਸਟੇਟ ਦੇ ਜਿਹੜਾ ਸਟਰਕਚਰ ਸੀ ਉਹਦੇ ਵਿੱਚ ਹੈ ਸੀ ਯਾਨੀ ਤੁਹਾਨੂੰ ਅਗਰ ਕੋਲੋਨੀਅਲ ਸਟੇਟ ਦੇ ਵਿੱਚ ਤੁਹਾਨੂੰ ਨੌਕਰੀ ਚਾਹੀਦੀ ਹੈ ਤੇ ਅੰਗਰੇਜ਼ੀ ਜਾਂ ਉਰਦੂ ਦੇ ਵਿੱਚ ਹੀ ਪੇਪਰ ਹੁੰਦੇ ਸਨ ਜਿਹੜੇ ਸਿਵਲ ਸਰਵਿਸ ਦੇ ਉਹੋ ਹੀ ਪ੍ਰੈਕਟਿਸ ਜਿਹੜੀ ਹੈ ਉਹ ਪਾਰਟੀਸ਼ਨ ਦੇ ਬਾਅਦ ਵੀ ਕੋਈ ਬਦਲੀ ਨਹੀਂ ਕਿਉਂਕਿ ਇੰਡੀਆ ਦੇ ਵਿੱਚ ਉਹ ਹਿੰਦੀ ਦਾ ਸਾਰਾ ਐਮਫਸਿਸ ਬਣ ਗਿਆ ਔਰ ਹਿੰਦੀ ਵੀ ਐਸੀ ਜਿਹੜੀ ਹਾਈਲੀ ਸੰਸਕ੍ਰਿਟਾਈਜ਼ ਸੀ ਅਮ ਔਰ ਦੂਜੇ ਪਾਸੇ ਪਾਕਿਸਤਾਨ ਦੇ ਪਾਸੇ ਉਰਦੂ ਔਰ ਉਹ ਵੀ ਐਸੀ ਉਰਦੂ ਜਿਹਦੇ ਵਿੱਚ ਬਹੁਤ ਫਾਰਸੀ ਬਹੁਤ ਅਰਬੀ ਦੇ ਲਫ਼ਜ਼ ਵਰਤੇ ਗਏ ਅਮ ਔਰ ਜਿਹੜੇ ਇਸ ਇੱਥੇ ਦੇ ਇੰਡਿਕ origin ਦੇ ਲਫ਼ਜ਼ ਸਨ ਉਹਨਾਂ ਨੂੰ ਦੀ ਐਮਫਸਾਈਜ਼ ਕਰ ਦਿੱਤਾ ਗਿਆ ਸੋ ਇੱਕ ਉਹ ਕੌਨਟੈਕਸਟ ਹੈ ਸੋ ਇਸ ਕੌਨਟੈਕਸਟ ਦੇ ਵਿੱਚ ਫਿਰ ਅਸੀਂ ਕਹਿੰਦੇ ਹਾਂ ਠੀਕ ਹੈ ਸੋ ਫਿਰ ਫਿਰ ਕੌਣ ਬੋਲਦਾ ਹੈ ਪੰਜਾਬੀ ਤੇ ਫਿਰ ਕਿਉਂ ਅਸੀਂ ਉਹਦੇ ਬੱਲ ਆਈਏ ਜਾਂ ਕੌਣ ਬੋਲ ਰਿਹਾ ਹੈ ਬਾਕੀ ਵੀ ਜ਼ਬਾਨਾਂ ਸੋ ਆਬਵੀਅਸਲੀ ਉਹ ਬੋਲ ਰਹੇ ਨੇ ਜਿਨ੍ਹਾਂ ਕੋਲ ਸ਼ਾਇਦ ਉਹ ਤਾਲੀਮੀ ਨਿਜ਼ਾਮ ਦੀ ਉਹ ਸਕੂਲ ਦੀ ਇਸ ਪੂਰੇ ਜਿਹੜਾ ਹੈ ਇੱਕ ਸਟੇਟ ਦਾ ਸਟਰਕਚਰ ਹੈ ਉਸ ਦੇ ਵਿੱਚ ਸ਼ਾਇਦ ਕੋਈ ਥਾਂ ਹੀ ਨਹੀਂ ਮਿਲੀ ਇਹਦੇ estrana ਬੰਦਾ ਹੈ ਜੋ ਬਚਪਨ ਤੋਂ ਉਹਨੂੰ ਕੰਮ ਤੇ ਹੀ ਲੱਗਣਾ ਪਿਆ ਤੇ ਉਹ ਸਕੂਲ ਨਹੀਂ ਗਿਆ ਸਕੂਲ ਨਹੀਂ ਗਿਆ ਤੇ ਉਰਦੂ ਇਹ ਅੰਗਰੇਜ਼ੀ ਨਹੀਂ ਸਿੱਖੀ ਉਹ ਨਹੀਂ ਸਿੱਖੀ ਤੇ ਜੋ ਬੋਲੀ ਘਰ ਤੇ ਬੋਲਦੇ ਸਨ ਉਹ ਹੀ ਬੋਲੀ ਔਰ ਉਹ ਬੋਲੀਆਂ ਕਿਹੜੀਆਂ ਨੇ ਉਹ ਅੰਗਰੇਜ਼ੀ ਤੇ ਨਹੀਂ ਹੈ ਬਿਲਕੁਲ ਦੀ ਉਰਦੂ ਵੀ ਹੈ ਤੇ ਉਰਦੂ ਵੀ ਇੱਕ ਬਹੁਤ ਛੋਟੀ ਮਾਈਨੋਰਿਟੀ ਲਈ ਹੈ ਜੋ ਮਾਈਗ੍ਰੇਟ ਕਰਕੇ ਆਏ ਸਨ ਸੋ ਯਾ ਉਹ ਇਸ ਤਰ੍ਹਾਂ ਦੇ ਇਲਾਕੇ ਤੋਂ ਤਾਲੁਕ ਰੱਖਦੇ ਨੇ ਜੋ ਬਹੁਤ ਹੀ ਪਛੜਾ ਯਾਨੀ ਬੈਕਵਰਡ ਜਾਂ ਅੰਡਰ ਡਿਵੈਲਪਡ ਜਿਹੜਾ ਕੋਈ ਇਲਾਕਾ ਹੈ ਮੁਲਕ ਦਾ ਜਿੱਥੇ ਸ਼ਾਇਦ ਸਕੂਲ ਹੈ ਹੀ ਨਹੀਂ ਸੀ ਸੋ ਇੱਕ ਕਲੀਅਰ ਕਿਸਮ ਦਾ ਐਥਿਕ ਕਲਾਸ ਦੇ ਨਾਲ ਔਰ ਅੰਡਰ ਡਿਵੈਲਪਮੈਂਟ ਦੇ ਨਾਲ ਅਸੀਂ ਪੂਰਾ ਬੋਲੀ ਦਾ ਲੈਂਗੁਏਜ ਦਾ ਸਵਾਲ ਜਿਹੜਾ ਇਹ ਜੋੜ ਸਕਦੇ ਹਾਂ ਸੋ ਕਿਹੜੀ ਜ਼ੁਬਾਨ ਕੌਣ ਵਰਤਦਾ ਹੈ ਕੌਣ ਯੂਜ਼ ਕਰਦਾ ਹੈ ਕੌਣ ਉਹਦੇ ਵਿੱਚ ਸ਼ਾਇਰੀ ਲਿਖਦਾ ਹੈ ਇਹ ਬਹੁਤ ਕਲੀਅਰਲੀ ਇੱਕ ਕਲਾਸ ਤੋਂ ਹਟ ਕੇ ਪ੍ਰਿਵੀਲੇਜ ਤੋਂ ਹਟ ਕੇ ਇਹ ਸਵਾਲ ਨਹੀਂ ਹੈ ਸੋ ਅਗਰ ਅਸੀਂ ਆਪਣੀ ਸਿਆਸਤ ਜਿਹੜੀ ਹੈ ਉਹ ਚਾਹੁੰਦੇ ਆ ਕਿ ਟਵਿੱਟਰ ਤੋਂ ਕਦੀ ਹੋਰ ਵੀ ਜਾਏ ਕੋਈ ਹੋਰ ਟ੍ਰਾਂਸੈਂਡ ਵੀ ਕਰੇ ਕਿਸੇ ਸਪੇਸ ਦੇ ਵਿੱਚ ਔਰ ਜਿਨ ਲੋਕਾਂ ਨਾਲ ਅਸੀਂ ਕਰਨਾ ਚਾਹੁੰਦੇ ਆ ਆਰਗੇਨਾਈਜ਼ ਜਾਂ ਉਹਨਾਂ ਦੇ ਨਾਲ ਸਿਆਸਤ ਕਰਨਾ ਚਾਹੁੰਦੇ ਆ ਤੇ ਉਹ ਜ਼ਰੂਰੀ ਹੈ ਕਿ ਕੁਝ ਨਾ ਕੁਝ ਤੇ ਕਮਸ ਕਮ ਜਿਹੜੀ ਉਸ ਉਸ ਲੈਂਗੁਏਜ ਨੂੰ ਉਹ ਜਿਹੜਾ ਕਲਚਰ ਕਿਉਂਕਿ ਫਿਰ ਜੋ ਕਿਉਂਕਿ ਉਹ ਲੈਂਗੁਏਜ ਬੋਲ ਜੋ ਬੋਲਦਾ ਹੈ ਉਹ ਉਸਤੇ ਕਲਚਰ ਹੈ ਉਸ ਦੀ ਸੱਗਾਫਤ ਵਿੱਚ ਉਸ ਦੇ ਫਨ ਦੇ ਵਿੱਚ ਉਸ ਦੀ ਪੂਰੀ ਰੀਤ ਦੇ ਵਿੱਚ ਰਸਿਆ ਹੁੰਦਾ ਹੈ ਸੋ ਉਹਦੇ ਵਿੱਚ ਕਿੰਨਾ ਜ਼ਿਆਦਾ ਉਹਦਾ ਇੰਟਰਮੀਟ ਕਨੈਕਸ਼ਨ ਜਿਹੜਾ ਹੁੰਦਾ ਹੈ ਆਪਣੀ ਜ਼ਮੀਨ ਨਾਲ اور ਆਪਣੀ ਜ਼ੁਬਾਨ ਨਾਲ ਅਸੀਂ ਉਸਤੇ ਨਾਲ ਅਗਰ ਅਸੀਂ ਵੀ ਕੁਝ ਕਨੈਕਟ ਕਰਨਾ ਚਾਹੁੰਦੇ ਆ ਤੇ ਇਹ ਤੇ ਫਿਰ ਇੱਕ ਮਿਨਿਮਮ ਸਟਾਰਟਿੰਗ ਪੁਆਇੰਟ ਹੈ ਦੂਸਰਾ ਜਿਹੜਾ ਅਮ ਇਸ ਤੋਂ ਵੀ ਲਾਗੈਨ ਜੋ ਸਵਾਲ ਬਣ ਸਕਦਾ ਹੈ ਉਹ ਹੈ ਕਿ ਠੀਕ ਹੈ ਸਾਨੂੰ ਜੀ ਆਣੀ ਚਾਹੀਦੀ ਹੈ ਅਗਰ ਅਸੀਂ ਕਿਸਾਨਾਂ ਨਾਲ ਮਜ਼ਦੂਰਾਂ ਦੇ ਨਾਲ ਸਿਆਸਤ ਕਰਨੀ ਹੈ ਤੇ ਸਾਨੂੰ ਉਹਨਾਂ ਦੀ ਜ਼ਬਾਨ ਬੋਲਣੀ ਚਾਹੀਦੀ ਹੈ। ਔਰ ਜਿੱਥੇ ਤੱਕ ਪੰਜਾਬ ਦੀ ਗੱਲ ਹੈ ਉਹਨਾਂ ਦੀ ਜ਼ਬਾਨ ਤੇ ਪੰਜਾਬੀ ਹੀ ਹੈ ਯਾ ਅਮ ਉਰਦੂ ਜਾਂ ਅੰਗਰੇਜ਼ੀ ਨਹੀਂ ਹੈ। ਸੋ ਲੇਕਿਨ ਸ਼ਾਇਰੀ ਪੜਨ ਦੀ ਕੀ ਲੋੜ ਹੈ ਔਰ ਉਹ ਵੀ ਇਸ ਤਰ੍ਹਾਂ ਦੀ ਸ਼ਾਇਰੀ ਜੋ ਜਿਵੇਂ ਮੈਂ ਰੀਡਿੰਗਸ ਜੋ ਦਿੱਤੀਆਂ ਨੇ ਉਹਦੇ ਵਿੱਚ ਬੁੱਲੇ ਸ਼ਾਹ ਹੈ ਸ਼ਾਹ ਹੁਸੈਨ ਹੈ ਔਰ ਇਹ ਦੋਵੇਂ 16ਵੀਂ ਸਦੀ 18ਵੀਂ ਸਦੀ ਇਹਨਾਂ ਦਾ ਵੇਲਾ ਸੀ ਸੋ ਇਹ ਪੁਰਾਣੀ ਦੋ 300 ਸਾਲ ਪੁਰਾਣੀ ਸ਼ਾਇਰੀ ਜਿਹੜੀ ਹੈ ਇਹ ਸਾਡੇ ਕਿਸ ਕੰਮ ਆ ਸਕਦੀ ਹੈ ਇਹਦਾ ਇੱਕ ਕਿਉਂ ਕੁਝ ਕਰ ਸਕਦੀ ਹੈ ਸੋ ਇੱਥੇ ਮੇਰਾ ਖਿਆਲ ਹੈ ਕਿ ਅ ਦੂਸਰੀ ਇਹ ਗੱਲ ਵੀ ਬਹੁਤ ਜ਼ਿਆਦਾ ਕਿ ਇਹ ਜੀ ਅਤੇ ਆਰਿਫਾਨਾ ਕਲਾਮ ਹੈ ਇਹਨੂੰ ਅਕਸਰ ਤੁਸੀਂ ਸੁਣੋਗੇ ਕਿ ਕਵਾਲੀ ਦੇ ਵਿੱਚ ਔਰ ਮੇਨਸਟ੍ਰੀਮ ਦੇ ਵਿੱਚ ਜਿਸ ਤਰ੍ਹਾਂ ਇਹ ਦੀ ਸਮਝ ਹੈ ਕਿ ਜੀ ਅਤੇ ਬੁੱਲੇ ਸ਼ਾ ਔਰ ਸ਼ਾਹ ਹੁਸੈਨ ਇਹਨਾਂ ਦਾ ਤੇ ਕੋਈ ਮਜ਼ਾਰਾ ਨਾਲ ਸਿਰਫ ਪੀਰ ਔਰ ਇਹ ਮੰਨਤ ਇਸ ਤਰ੍ਹਾਂ ਦੀ ਜਿਹੜੀ ਸੁਪਰਸਟਿਸ਼ਨਸ ਹੈ ਉਹਨਾਂ ਨਾਲ ਤਾਲੁਕ ਹੈ ਤੇ ਇਹ ਅਸੀਂ ਕਿਉਂ ਪੜ ਰਹੇ ਹਾਂ ਸੋ ਇਹਦੇ ਵਿੱਚ ਵੀ ਫਿਰ ਸਾਨੂੰ ਦੁਬਾਰਾ ਦੇਖਣਾ ਪੈਰੇਗਾ ਕਿ ਅਮ ਜੋ ਅ ਇਹਦੇ ਵਿੱਚ ਵੀ ਸਾਨੂੰ ਦੇਖਣਾ ਹੈ ਪਵੇਗਾ ਕਿ ਅਗੇਨ ਜਿਹੜੀ ਉਹ ਕਲੋਨੀ ਗੀਰੀ ਦੀ ਸਾਰੀ ilm ਹੈ ਸੋ ਜਿਹੜਨ ਨੋਲੇਜ ਸਿਸਟਮ ਜੋ ਕਲੋਨੀਅਲਿਜ਼ਮ ਦੇ ਸੰ ਔਰ ਇਹਦੇ ਬਾਰੇ ਇਜਾਜ਼ ਅਹਿਮਦ ਇੱਕ ਸਾਡੇ ਸੁਲੇਖ ਦੇ ਲਿਟਰੇਚਰ ਦੇ ਤੱਜਿਆ ਨਗਾਨੀ ਉਹਨਾਂ ਨੇ ਬਹੁਤ ਸੋਨਾ ਲਿਖਿਆ ਹੈ ਉਹਨਾਂ ਨੇ ਕਿਹਾ ਹੈ ਕਿ ਕਿਵੇਂ ਅੰਗਰੇਜ਼ ਨੇ ਜਿਹੜਾ ਇਲਮ ਬਣਾਇਆ ਉਹਦੀ ਵਜ੍ਹਾ ਤੋਂ ਅਸੀਂ ਆਪਣਾ ਸਾਰਾ ਲਿਟਰੇਚਰ ਆਪਣੇ ਬਰੇ-ਸਗੀਰ ਦਾ ਸਾਰਾ ਜਿਹੜਾ ਲਿਟਰੇਚਰ ਹੈ ਉਹਨੂੰ ਅਸੀਂ ਰਿਲੀਜੀਅਸ ਡੋਮੇਨ ਦੇ ਵਿੱਚ ਹੀ ਵੇਖਿਆ ਸੋ ਇੱਕ ਜਿਹੜੀ ਸੈਕੂਲਰ ਤੇ ਰਿਲੀਜੀਅਸ ਸੈਕੂਲਰ ਜਾਂ ਮਸਬੀ ਦੀ ਇੱਕ ਵੰਡ ਸੀ ਜਿਹਦੇ ਵਿੱਚ ਵੈਸਟ ਨੂੰ ਸੈਕੂਲਰ ਬਣਾ ਦਿੱਤਾ ਗਿਆ ਈਸਟ ਨੂੰ ਮਸਬੀ ਜਾਂ ਰਿਲੀਜੀਅਸ ਬਣਾ ਦਿੱਤਾ ਗਿਆ ਉਸ ਦਾ ਇੱਕ ਜਿਹੜਾ ਸਿੱਟਾ ਯਾਨੀ ਇੱਕ ਉਹਦਾ ਰਿਜ਼ਲਟ ਐ ਸੀ ਕਿ ਸਾਰਾ ਜਿਹੜਾ ਲਿਟਰੇਚਰ ਹੈ ਸਬ ਕੰਟੀਨੈਂਟ ਦਾ ਜਿਸ ਖਾਸ ਤੌਰ ਤੇ ਜਿਹੜਾ ਇੱਕ ਪ੍ਰੀ ਮਾਡਰਨ ਦੌਰ ਦੇ ਵਿੱਚ ਲਿਖਿਆ ਜਾ ਰਿਹਾ ਉਹਨੂੰ ਖਾਲੀ ਮذਬੀ ਅੰਗ ਵਿੱਚ ਪੜਿਆ ਗਿਆ ਸੋ ਤੁਸੀਂ ਕਬੀਰ ਦੀ ਸ਼ਾਇਰੀ ਵੇਖ ਲਵੋ ਤੁਸੀਂ ਰਮਾਇਣ ਮਹਾਭਾਰਤ ਐ ਜਿਹੜੇ ਵੱਡੇ ਐਪਿਕਸ ਨੇ ਤੁਸੀਂ ਉਸ ਤੋਂ ਪਿੱਛੇ ਚਲੇ ਜਾਓ ਸੰਸਕ੍ਰਿਤ ਦੇ ਅ теаਟਰ ਡਰਾਮੇ ਦੇ ਦੇਖ ਲਵੋ ਔਰ ਤੁਸੀਂ ਫਿਰ ਇਹ ਸ਼ਾਇਰੀ ਸਾਰੀ ਬੁੱਲੇ ਸ਼ਾਹ ਦੀ ਸਿੰਧ ਵਿੱਚੋਂ ਤੁਸੀਂ ਅ ਸ਼ਾਹ ਅਬਦੁੱਲ ਲਾਤੀਫ ਭਟਾਈ ਦੀ ਦੇਖ ਲਵੋ ਉਹਨੂੰ ਸਾਰੀ ਸ਼ਾਇਰੀ ਨੂੰ ਇੱਕ ਮਿਸਟੀਕਲ ਐਬਸਟ੍ਰੈਕਸ਼ਨ ਦੇ ਇੱਕ ਉਸ ਮਿਸਟੀਕਲ ਐਬਸਟ੍ਰੈਕਸ਼ਨ ਦੇ ਤੌਰ ਤੇ ਪੜਿਆ ਗਿਆ ਕਿ ਜੀ ਇਹ ਤੇ ਕੋਈ ਦੁਨੀਆ ਦੀ ਗੱਲਾਂ ਨਹੀਂ ਹੈ ਇਹ ਰੱਬ ਦੀ ਗੱਲ ਹੋ ਰਹੀ ਹੈ ਜਾਂ ਕੋਈ ਜੋ ਕਿ ਹੋ ਵੀ ਰਹੀ ਹੈ ਆਫਕੋਰਸ ਲੇਕਿਨ ਪ੍ਰੋਬਲਮ ਮੈਂ ਹੈ ਕਿ ਅਸੀਂ ਉਹਨੂੰ ਸਿਰਫ ਜਦੋਂ ਅਸੀਂ ਜਦੋਂ ਅੰਗਰੇਜ਼ੀ ਸ਼ਾਇਰੀ ਪੜ੍ਹਨੇ ਆਂ ਤੇ ਅਸੀਂ ਜੀ ਸ਼ੇਕਸਪੀਅਰ ਦਾ ਹਰ ਉਹਦੇ ਵਿੱਚ ਪੋਲਿਟਿਕਸ ਉਹਦੇ ਵਿੱਚ ਇੱਕ ਇੱਕ ਜਿਹੜੀ ਇਕਨੋਮੀ ਉਹਦੇ ਵਿੱਚ ਅਸੀਂ ਸੋ ਸੋਸ਼ੀਓਲੋਜੀਕਲੀ ਉਹਨੂੰ ਵੇਖਨੇ ਆਂ ਅਸੀਂ ਉਸ ਸੁਸਾਇਟੀ ਨੂੰ ਵੇਖ ਕੇ ਅਸੀਂ ਉਸ ਦੌਰ ਦੀ ਤਾਰੀਖ ਹਿਸਟਰੀ ਦੇ ਹਿਸਾਬ ਨਾਲ ਉਹਦਾ ਪੂਰਾ ਵਿਰਵਾ ਕਰਨੇ ਆ ਯਾਨੀ ਅਨਾਲਿਸਿਸ ਕਰਨੇ ਆ ਤੇ ਜਦੋਂ ਇੱਥੇ ਗੱਲ ਆਂਦੀ ਹੈ ਤੇ ਸਿਰਫ ਰੂਹ ਦੀ ਗੱਲ ਕਿਉਂ ਸੋ ਇੱਕ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹ ਜਿਹੜੀ ਇੱਕ ਸੈਕੂਲਰ ਰਿਲੀਜੀਅਸ ਦਾ ਦੀ ਜਿਹੜੀ ਵੰਡ ਹੈ ਜਿਹੜੀ ਡਿਵਾਈਡ ਹੈ ਉਸ ਦੇ ਵਿੱਚ ਇਹ ਸਾਰੇ ਲਿਟਰੇਚਰ ਨੂੰ ਜਦੋਂ ਮਜ਼ਬਦ ਦੇ ਖਾਤੇ 'ਚ ਪਾ ਦਿੱਤਾ ਜਾਂਦਾ ਹੈ ਤੇ ਉਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਅਸੀਂ ਇਹਨੂੰ ਬਿਲਕੁਲ ਇਸ ਇਸ ਦੇ ਵੇਲੇ ਦੇ ਨਾਲ ਜੋੜ ਕੇ ਆਪਣੇ ਟਾਈਮ ਦੇ ਨਾਲ ਜੋੜ ਕੇ ਆਪਣੇ ਟਾਈਮ ਦੀਆਂ ਜਿਹੜੀਆਂ ਸਿਆਸੀ ਮੂਵਮੈਂਟਸ ਹਨ ਫੋਰ ਐਗਜ਼ਾਮਪਲ ਬੁੱਲੇਸ਼ਾ ਜਿਸ ਦੌਰ ਵਿੱਚ ਲਿਖ ਰਹੇ ਸਨ ਤੇ ਉਹਨਾਂ ਦਾ ਜਿਹੜਾ ਸਾਰਾ ਕੰਟੈਕਸਟ ਸੀ ਮੁਗਲ ਸ਼ਾਹੀ ਟੁੱਟਣ ਦੇ ਬਾਅਦ ਕੀ ਕੁਝ ਪੋਲਿਟੀਕਲ ਚੇਂजेस ਆ ਰਹੇ ਸਨ ਉਹ ਅਸੀਂ ਬਿਲਕੁਲ ਇਹਦੇ ਇਸ ਇਸ ਹਿਸਾਬ ਨਾਲ ਲੈ ਨੂੰ ਨਹੀਂ ਵੇਖਦੇ ਸੋ ਅਗਰ ਅਸੀਂ ਇਹ ਥੋੜਾ ਜਿਹਾ ਖੋਲਣਾ ਸ਼ੁਰੂ ਕਰੀਏ ਨਾਲ ਅਸੀਂ ਲੈਂਗੁਏਜ ਦਾ ਸਵਾਲ ਵੀ ਜੋੜੀਏ ਤੇ ਸਮਝ ਆ ਜਾਂਦਾ ਹੈ ਕਿ ਜਿਕਨ ਅ ਐਂਟੋਨੀਓ ਗ੍ਰਾਮਸ਼ੀ ਜਿਹੜ ਨੇ ਸਦਿਕ ਮਾਰਕਸਵਾਦੀ ਸੁਝਵਾਨ ਕਾਫੀ ਵੱਡੇ ਗ੍ਰਾਮਸ਼ੀ ਨੇ ਜਿੱਕਰ ਕਲਚਰ ਨੂੰ ਵੇਖਿਆ ਹੈ ਗ੍ਰਾਮਸ਼ੀ ਨੇ ਜਿਵੇਂ ਸਕਾਫਤ ਨੂੰ ਬੋਲੀ ਨੂੰ ਲੈਂਗੁਏਜ ਨੂੰ ਔਰ ਫੋਕਲੋਰ ਯਾਨੀ ਜਿਹੜਾ ਲੋਕ ਰੀਤ ਹੈ ਜਾਂ ਲੋਕ ਸੁਰਤ ਹੈ ਲੋਕਾਂ ਦੀ ਜਿਹੜੀ ਕਾਮਨ ਸੈਂਸ ਹੈ ਉਹਨੂੰ ਉਹਨਾਂ ਨੇ ਕਿਵੇਂ ਪੜਿਆ ਹੈ ਅਸੀਂ ਅਗਰ ਥੋੜਾ ਜਿਹਾ ਉਹ ਪੱਖ ਲੈ ਕੇ ਆਈਏ ਔਰ ਆਪਣੀ ਸਾਰੀ ਇਸ ਰੀਤ ਨੂੰ ਵੇਖੀਏ ਤੇ ਫਿਰ ਕੁਝ ਪਤਾ ਲੱਗਦਾ ਹੈ ਕਿ ਇੱਥੇ ਕੀ ਕੁਝ ਹੋ ਰਿਹਾ ਹੈ ਸੋ ਔਰ ਥੋੜੇ ਜੇ ਉਹ ਉਹ ਪੋਏਟਿਕਸ ਜਿਹਦੀ ਮੈਂ ਗੱਲ ਕਰਾਂਗੀ ਕਿਉਂਕਿ ਜੋ ਇੱਕ ਲੋਕਾਂ ਦੀ ਜ਼ੁਬਾਨ ਹੈ ਇੱਕ ਲੋਕਾਂ ਦੀ ਅਮ ਦੀ ਸਕਾਫਤ ਹੈ ਔਰ ਉਹਦੀ ਪੁਰਾਣੀ ਸ਼ਾਇਰੀ ਜੋ ਕਿ ਕੋਈ ਕਿਸੇ ਜਗਾਹ ਤੇ ਲਿਖ ਕੇ ਬੰਦ ਨਹੀਂ ਹੋਈ ਹੋਈ ਸੀ ਕਿਸੇ ਲਾਇਬ੍ਰੇਰੀ ਵਿੱਚ ਜੋ ਕਿ ਪਰਫਾਰਮੈਂਸ ਵਿੱਚ ਹੈ ਜੋ ਕਿ ਲੋਕੀ ਰਿਸਾਈਟ ਕਰਦੇ ਨੇ ਜੋ ਕਿ ਆਮ ਜਿਹੜੇ 뮤జిਸ਼ੀਅਨ ਟ੍ਰੈਡੀਸ਼ਨਲ 뮤జిਸ਼ੀਅਨ ਸਾਡੇ ਨੇ ਉਹ ਗਾਉਂਦੇ ਨੇ ਤੇ ਉਹ ਸਿਰਫ ਕੋਈ ਕੋਕ ਸਟੂడియో ਦੀ ਇੱਕ ਕਮੋਡਿਟੀ ਨਹੀਂ ਹੈ ਉਹਦੇ ਵਿੱਚ ਪੂਰਾ ਲੋਕਾਂ ਦਾ ਹਜ਼ਾਰਾਂ ਸਾਲਾਂ ਦਾ ਤਜਰਬਾ ਸ਼ਾਮਿਲ ਹੈ ਔਰ ਉਹ ਤਜਰਬਾ ਕਿਹੜਾ ਹੈ ਜ਼ਾਇਰ ਇਹ ਤੇ ਸਾਨੂੰ ਪਤਾ ਹੀ ਹੈ ਕਿ ਇਹਨੂੰ ਕੋਈ ਰੋਮਾਂਟਾਈਜ਼ ਨਹੀਂ ਮੈਂ ਕਰਨ ਦੋ ਕਹੇਰੀ ਇਹ ਤੇ ਬਿਲਕੁਲ ਸਾਨੂੰ ਪਤਾ ਹੈ ਕਿ ਐਸੇ ਹੀ ਇਸ ਕਲਚਰ ਦੇ ਵਿੱਚ ਹੀ ਜਿਹੜੀ ਇਹਦੀ ਰਿਗਰੈਸਿਵ ਜਿਹੜੀ ਇਹਦੀ ਨਰ ਪ੍ਰਧਾਨੀ ਯਾਨੀ ਇਹਦੀ ਪੈਟਰੀਆਰਕਲ ਸ਼ਕਲ ਵੀ ਮੌਜੂਦ ਹੈ ਇਸ ਦੇ ਪਰੋਂ ਜਿਹੜਾ ਔਰਤਾਂ ਨਾਲ ਕੀਤਾ ਜਾਂਦਾ ਹੈ ਜੋ ਕੁਝ ਇਸ ਦੇ ਪਰੋਂ ਜੋ ਜਾਤ ਕਾਸਟ ਦੇ ਸਟਰਕਚਰ ਨੇ ਉਹ ਵੀ ਕਲਚਰ ਦਾ ਹਿੱਸਾ ਨੇ ਲੇਕਿਨ ਐਸੀ ਐਨਲਾਈਜ਼ ਕਰ ਲੈਣਾ ਜੋ ਸਾਡੇ ਕੋਲੋਂ ਕਦੀ ਐਨਲਾਈਜ਼ ਨਹੀਂ ਹੁੰਦੀ ਉਹ ਹੈ ਕਿ ਐਸੇ ਇਸੇ ਕਲਚਰ ਦੇ ਵਿੱਚ ਕਿਸ ਤਰ੍ਹਾਂ ਜਿੱਥੇ ਆਪਰੇਸ਼ਨ ਦੇ ਸਟਰਕਚਰ ਨੇ ਉਥੇ ਰੈਜ਼ਿਸਟੈਂਸ ਦੇ ਵੀ ਸਟਰਕਚਰ ਨੇ ਤੇ ਉਹ ਸਟਰਕਚਰਸ ਕੀ ਨੇ ਉਹਨਾਂ ਦੇ ਨਾਲ ਸਾਡਾ ਕੀ ਜੋੜ ਬਣ ਸਕਦਾ ਹੈ ਇਹ ਬਹੁਤ ਜ਼ਰੂਰੀ ਹੈ ਸੋ ਮੇਰੇ ਅਗਰ ਮੈਂ ਥੋੜੀ ਜਿਹੀ ਇਹਦੇ ਬਾਰੇ ਗੱਲ ਕਰਾਂ ਮੈਨੂੰ ਕਿਉਂ ਜ਼ਰੂਰੀ ਲੱਗਦਾ ਹੈ ਕਿਉਂਕਿ ਅਜ਼ ਸਮਨ ਜਿਤਨੂੰ ਇੱਕ ਪ੍ਰੋਗਰੈਸਿਵ ਆਰਗੇਨਾਈਜ਼ਿੰਗ ਦੇ ਵਿੱਚ ਵੀ ਇੰਟਰਸਟ ਹੈ ਔਰ ਜ਼ਾਇਰ ਹੈ ਉਸ ਦੀ ਉਸ ਦੇ ਇੰਟੈਲੈਕਚੁਅਲ ਕੰਮ ਦੇ ਵਿੱਚ ਔਰ ਉਸ ਦੀ ਜਿਹੜੀ ਇੱਕ ਆਰਟਿਸਟਿਕ ਕੋਈ ਸ਼ਕਲ ਬਣਨੀ ਹੈ ਉਸ ਦੇ ਵਿੱਚੋਂ ਆਰਟ ਕਿਸ ਤਰ੍ਹਾਂ ਦਾ ਨਿਕਲਣਾ ਹੈ ਉਸ ਦੇ ਵਿੱਚੋਂ ਕ੍ਰੀਏਟੀਵਿਟੀ ਕਿਵੇਂ ਦੀ ਨਿਕਲਣੀ ਹੈ ਉਸ ਦੇ ਨਾਲ ਵੀ ਬਹੁਤ ਗਹਿਰਾ ਇੰਟਰਸਟ ਹੈ ਸੋ ਮੈਂ ਉਹ ਉਹ ਉਹਨੂੰ ਅ ਇਹ ਚਾਹਾਂਗੀ ਕਿ ਅਸੀਂ ਇਸ ਤਰ੍ਹਾਂ ਕਰਕੇ ਵੇਖੀਏ ਕਿ ਕਿਵੇਂ ਅ ਸੋ ਇਟ ਮਿੰਟ ਕਿ ਕੀ ਮੇਨ ਸਵਾਲ ਕੀ ਬਣਦੇ ਨੇ ਸੋ ਪਹਿਲਾ ਤੇ ਉਹੀ ਜੇ ਜੋ ਮੈਂ ਥੋੜੀ ਜਿਹੀ ਪਹਿਲੇ ਵੀ ਗੱਲ ਕੀਤੀ ਕਿ ਅਸੀਂ ਸਿਆਸਤ ਕਿਸਦੇ ਨਾਲ ਕਰਨਾ ਚਾਹੁੰਦੇ ਹਾਂ ਸੋ ਇਨਕਰੀਸਿੰਗਲੀ اسپੈਸ਼ਲੀ ਜੋ ਇੱਕ এনवायरमेंट ਦਾ ਵੀ এনवायरमेंटਲ ਜਸਟਿਸ ਦਾ ਵੀ ਪ੍ਰੋਬਲਮ ਕਿਸ ਤਰ੍ਹਾਂ ਚੱਲ ਰਿਹਾ ਹੈ ਸਾਡੀ ਪੋਲਿਟਿਕਸ ਦੇ ਵਿੱਚ ਫੂਡ ਸਿਸਟਮਸ ਦਾ ਕ੍ਰਾਈਸਿਸ ਕੀ ਹੈ ਔਰ ਇੱਕ ਇਹ ਯਾਦ ਰੱਖਣਾ ਕਿ ਜਿਹੜਾ ਸਾਰਾ ਐਂਟੀ ਕੋਲੋਨੀਅਲ ਸਾਡਾ ਮੂਵਮੈਂਟ ਸੀ ਔਰ ਐਂਟੀ ਕੋਲੋਨੀਅਲ ਇੱਕ ਸਿਆਸਤ ਸੀ ਉਹਦੇ ਵਿੱਚ ਖਾਸ ਤੌਰ ਤੇ ਪੈਜ਼ੈਂਟ ਦਾ ਕੀ ਰੋਲ ਸੀ ਸੋ ਪੈਜ਼ੈਂਟ ਨੂੰ ਅਸੀਂ ਔਰ ਕਰਸਾਨ ਨੂੰ ਔਰ ਪਿੰਡ ਦੀ ਜਿਹੜੀ ਰਹਿਤ ਹੈ ਔਰ ਪਿੰਡ ਦੀ ਜਿਹੜੀ ਵੱਸੋਂ ਹੈ ਯਾਨੀ ਉਸ ਦਾ ਜੋ 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 ਪੋਪੂਲੇਸ਼ਨ ਵੀ ਹੈ ਉਸ ਉਸ ਨੂੰ ਕਿਦਰੇ ਥੋੜੇ ਜੇ ਟਵਿੱਟਰ ਵਰਲਡ ਦੀ ਐਮਫਸਿਸ ਦੇ ਵਿੱਚ ਉਹਨੂੰ ਬਿਲਕੁਲ ਅਸੀਂ ਇਲਾਈਟ ਕਰ ਦਿੰਨੇ ਆ ਉਹ ਇਮੇਜਿਨੇਸ਼ਨ ਤੋਂ ਨਿਕਲਦਾ ਜਾ ਰਿਹਾ ਜਦੋਂ ਕਿ ਐਕਚੁਅਲੀ ਉਹ ਬਹੁਤ ਫਾਊਂਡੇਸ਼ਨਲ ਇਸ ਐਡੇਲੀ ਔਰਗੇਨਾਈਜ਼ ਕਰਨ ਦੇ ਪੁਆਇੰਟ ਆਫ View ਨਾਲ ਦੂਸਰੀ ਇੱਕ ਅਸੀਂ ਜੋ ਅਗਰ ਮੈਂ ਇਸ ਟਾਕ ਦੇ ਟਾਈਟਲ ਦੇ ਵਨ ਆਮਾ ਤਾਂ ਡੀ ਕੋਲੋਨਾਈਜ਼ਿੰਗ ਦੀ ਜਿਹੜੀ ਗੱਲ ਹੋ ਰਹੀ ਹੈ ਕਿ ਡੀ ਕੋਲੋਨਾਈਜ਼ ਕਰਨਾ ਹੈ ਫੈਮਿਨਿਸਟ ਥਿਰੀ ਨੂੰ ਯਾ ਰੈਵਿਊਲੂਸ਼ਨਰੀ ਥਿਰੀ ਨੂੰ ਤੇ ਉਹ ਕਿਵੇਂ ਹੋਏਗਾ ਔਰ ਕਿਵੇਂ ਕਰ ਸਕਦੇ ਹਾਂ ਅਸੀਂ ਔਰ ਇੱਕ ਐਸ ਵੇਲੇ ਜੋ ਸਾਨੂੰ ਨਜ਼ਰ ਆਉਂਦਾ ਹੈ ਕਿ ਜਿਹੜੇ ਰੈਡੀਕਲ ਸਰਕਲਸ ਨੇ ਜੋ ਕੁਝ ਲੈਫਟ ਦੇ ਲੋਕ ਨੇ ਗਲੋਬਲ ਸਤਾ ਦੇ ਹੁੰਦੇ ਉਹਨਾਂ ਦੇ ਵਿੱਚ ਇੱਕ ਇੱਕ ਟੈਨਸ਼ਨ ਹੈ ਕਿਉਂਕਿ ਇੱਕ ਪਾਸੇ ਜਾ ਰਿਹਾ ਹੈ ਜੋ ਸਮਰਾਜੀਤ ਦੇ ਸਟਰਕਚਰ ਨੇ ਜਿੱਦੀ ਵਜ੍ਹਾ ਤੋਂ ਇਹ ਵੈਸਟ ਔਰ ਈਸਟ ਦਾ ਡਿਵਾਈਡ ਬਣਦਾ ਜਾ ਰਿਹਾ ਹੈ ਔਰ ਹੋਰ ਪੱਕਾ ਹੋ ਰਿਹਾ ਹੈ ਉਹ ਸਾਨੂੰ ਇਸ ਤੇ ਕੰਪੇਅਰ ਕਰਦਾ ਹੈ ਕਿ ਐਸੀ ਵੇਖਿਏ ਔਰ ਇਹਨੂੰ ਕੁਐਸਚਨ ਵੀ ਕਰੀਏ ਦੂਜੇ ਪਾਸੇ ਲੇਕਿਨ ਪ੍ਰੋਬਲਮ ਇਹ ਹੈ ਕਿ ਅਸੀਂ ਜਦੋਂ ਵੈਸਟ ਤੋਂ ਔਰ ਇਹ ਖਾਸ ਪਾਕਿਸਤਾਨ ਦੇ ਕੰਟੈਕਸਟ ਵਿੱਚ ਵੀ ਮੈਂ ਗੱਲ ਕਰ ਰਹੀ ਆ ਹੋਰ ਥਾਵਾਂ ਦੇ ਕੰਟੈਕਸਟ ਦੇ ਵੀ ਕਰ ਰਹੀ ਆ ਕਿ ਸਮ ਹਾਓ ਵੈਸਟ ਨਾਨ-ਵੈਸਟਰਨ ਥਿਰੀ ਦੀ ਜਦੋਂ ਅਸੀਂ ਗੱਲ ਕਰਨੇ ਆ ਤੇ ਇਮੀਡੀਏਟਲੀ ਸਾਡਾ ਧਿਆਨ ਸਿੱਧਾ ਜਿਹੜਾ ਜਾ ਕੇ ਇਸਲਾਮ ਵੱਲ ਜਾਂਦਾ ਔਰ ਉਹਦੇ ਵਿੱਚ ਜਿਹੜੀ ਇੱਕ ਪ੍ਰੋਬਲਮ ਹੈ ਉਹ ਇਹ ਹੈ ਕਿ ਅਸੀਂ ਅਕਸਰ ਹੈ ਮਿਸ ਕਰ ਜਾਂਦੇ ਆ ਕਿ ਇਸ ਥਿਰੀ ਦੇ ਵਿੱਚ ਅਸੀਂ ਨਾਨ-ਵੈਸਟਰਨ ਪਰਸਪੈਕਟਿਵ ਦੀ ਜਦੋਂ ਗੱਲ ਕਰ ਰਹੇ ਆ ਤੇ ਅਸੀਂ ਕੋਈ डोमिनेंट सुन्नी मेल पेट्रियार्कल किस्म ਦਾ ਮਾਡਲ ਤੇ ਨਹੀਂ ਉਹਦੇ ਸਾਹਮਣੇ ਖੜਾ ਕਰ ਰਿਹਾ ਕਿਉਂਕਿ ਇੱਕ ਐ ਪ੍ਰੋਬਲਮ ਹੋ ਰਹੀ ਹੁੰਦੀ ਹੈ ਸੋ ਮੇਰੀ ਨਜ਼ਰ ਦੇ ਵਿੱਚ ਅਗਰ ਅਸੀਂ ਡੀ ਕੋਲੋਨਾਈਜ਼ ਕਰਨਾ ਹੈ ਔਰ ਅਸੀਂ ਵੈਸਟਰਨ ਇੰਪੀਰੀਅਲ ਥਿਰੀ ਤੋਂ ਆਪਣੇ ਆਪ ਨੂੰ ਡੀ ਲਿੰਕ ਕਰਨਾ ਹੈ ਤੇ ਉਹਦਾ ਕੋਈ ਰੂਟ ਜਿਹੜਾ ਹੈ ਉਹ ਸ਼ਾਇਦ ਕਿਸੇ ਲੋਕਲ ਔਰ ਕਿਸੇ ਹਿਸਟੋਰੀਕਲ ਇਥੇ ਦੀ ਜਿਹੜੀ ਇੱਕ ਸੁਰਤ ਹੈ ਜਾਂ ਸਮਝ ਹੈ ਜਾਂ ਇਮੇਜਿਨੇਸ਼ਨ ਹੈ ਉਸ ਦੇ ਵਿੱਚ ਹੀ ਮਿਲੇਗਾ ਸੋ ਐਬਾ ਬਹੁਤ ਇੰਪੋਰਟੈਂਟ ਹੈ ਠੀਕ ਹੈ ਅਗਰ ਅਸੀਂ ਅਸੀਂ ਸਿਆਸਤ ਆਮ ਬੰਦੇ ਦੇ ਲਈ ਸਿਆਸਤ ਕਰਨ ਦੀ ਗੱਲ ਤੇ ਕਰਨੇ ਆ ਲੇਕਿਨ ਅਸੀਂ ਉਹ ਜਿਹੜਾ ਐਸ ਇੰਟੈਲੈਕਚੁਅਲਸ ਐਸ ਆਰਟਿਸਟਸ ਐਸ ਪੋਏਟਸ ਅਸੀਂ ਉਹ ਇੰਟੈਲੈਕਚੁਅਲ ਕਮ ਕਰਨ ਦੇ ਲਈ ਵੀ ਤਿਆਰ ਹਾਂ ਜਿਹਦੇ ਲਈ ਸਾਨੂੰ ਉਹਨਾਂ ਦੇ ਹੀ ਇੱਕ ਇੱਕ ਆਮ ਜਿਹੜਾ ਨਾਨ ਐਲੀਟ forgotten margins ਦਾ ਬਿਲਕੁਲ ਸਬਾਲਟਨ ਦਾ ਦਾ ਕਲਚਰ ਹੈ اور ਸਬਾਲਟਨ ਦੀ ਹਿਸਟਰੀ ਹੈ ਉਸ ਉਸ ਦੇ ਨਾਲ ਕਨੈਕਟ ਕਰਨ ਦੀ ਕਿੰਨੀ ਕੋਸ਼ਿਸ਼ ਕਰਨੇ ਆ ਤੀਸਰੀ ਜਿਹੜੀ ਅਮ ਕਾਫੀ ਜਿਹੜੀ ਸਾਡੀ ਜਾਂ ਅਮ 1980s ਦੀ ਵੀ ਕੁਝ ਅਮ ਫੈਮਿਨਿਸਟ ਸ਼ਾਇਰ ਜਿਹੜੀਆਂ ਸਨ ਔਰ ਫੈਮਿਨਿਸਟ ਇੰਟੈਲੈਕਚੁਅਲਸ ਦਾ ਵੀ ਹੈ ਇੱਕ ਔਰ ਹਾਲੇ ਵੀ ਮੇਰੇ ਖਿਆਲ ਹੈ ਪਾਕਿਸਤਾਨ ਦੇ ਵਿੱਚ ਔਰ ਪਾਕਿਸਤਾਨ ਵਰਗੇ ਹੋਰ ਕੰਟੈਕਸਟ ਦੇ ਵਿੱਚ ਇਹ ਸਵਾਲ ਪ੍ਰੋਬਲਮ ਸਾਡੇ ਲਈ ਰਹਿੰਦੀ ਹੈ ਕਿ ਕੌਨਸਟੈਂਟਲੀ ਸਾਡੇ ਤੇ ਹੈ ਕ੍ਰਿਟਿਸਿਜ਼ਮ ਆਂਦਾ ਹੈ ਸਮਾਜ ਤੋਂ ਕਿ ਜੀ ਇਹ ਤੇ ਜੀ ਕੋਈ ਦੀ ਫੋਰਨ ਅਜੰਡਾ ਹੈ ਜੀ ਫੈਮਿਨਿਜ਼ਮ ਹੋਵੇ ਜਾਂ ਸੋਸ਼ਲਿਜ਼ਮ ਹੋਵੇ ਜਾਂ ਕਮਿਊਨਿਜ਼ਮ ਮਾਰਕਸਿਜ਼ਮ ਇਹ ਤੇ ਫੋਰਨ ਸ਼ੈਵਾਨੇ ਬਾਹਰੋਂ ਆਈਆਂ ਨੇ ਇਹ ਇੱਥੇ ਦੀ ਨਹੀਂ ਹੈ ਵਿਲਾਈਤੀ ਨੇ ਤੇ ਅ ਇਹ ਤੋਂ ਸੀ ਕਿ ਉਹ ਮથે ਇੰਪੋਜ਼ ਇਹਨੂੰ ਕਰ ਰਹੇ ਹੋ ਸੋ ਇੱਕ ਜਿਹੜਾ ਡਿਸਕਨੈਕਟ ਹੈ ਉਹ ਉਸ ਔਰ ਔਰ ਵਾਕਈ ਇੱਕ ਇੰਟਰਨੈਸ਼ਨਲਿਸਟ ਹੋਣ ਦਾ ਜਿਹੜਾ ਯਤਨ ਹੈ ਜਾਂ ਜਿਹੜੀ ਜਦੋਜਹਤ ਹੈ ਉਹ ਕੋਈ ਟੌਪ ਡਾਊਨ ਉਤੋਂ ਆਏਗੀ ਕਿ ਜਿਹੜਾ ਲੋਕਲ ਹੈ ਉਹਨੂੰ ਇੰਟਰਨੈਸ਼ਨਲਾਈਜ਼ ਹੋਣਾ ਪਵੇਗਾ ਉਹਨੂੰ ਅੰਗਰੇਜ਼ੀ ਔਰ ਉਹ ਸਾਰੇ ਲੈਨਿਨ ਔਰ ਮਾਓ ਔਰ ਉਹ ਸਿੱਖਣਾ ਪਵੇਗਾ ਜਾਂ ਇਸ ਤਰ੍ਹਾਂ ਦੀ ਵੀ ਕੋਈ ਇੰਟਰਨੈਸ਼ਨਲਿਜ਼ਮ ਦਾ ਤਸਵਰ ਹੋ ਸਕਦਾ ਹੈ ਜਿਦੇ ਵਿੱਚ ਕਿਤੇ ਸਾਡੇ ਉੱਤੇ ਚਾਰਜ ਨਾਲ ਲੱਗੇ ਕਿ ਅਸੀਂ ਕੋਈ ਫੋਰਨ ਅਜੰਡਾ ਚਲਾ ਰਹੇ ਹਾਂ ਇਥੇ ਦੂਜਾ ਅਮ ਕਿ ਅਮ ਉਹਦੇ ਵਿੱਚ ਵਾਕਈ ਇੱਕ ਵੈਰਾਈਟੀ ਔਰ ਇੰਟਰਨੈਸ਼ਨਲਿਜ਼ਮ ਔਰ ਇਕੱਠ ਇਕੱਠੇ ਹੋਣ ਦਾ ਮਤਲਬ ਇਹ ਨਾ ਹੋਵੇ ਕਿ ਬਸ ਇੱਕ ਵੈਸਪ ਦੀ ਦਿੱਤੀ ਹੋਈ ਯੂਨਿਟੀ ਚੱਲ ਰਹੀ ਹੋਏ ਬਲਕਿ ਜੋ ਜਿੰਨੇ ਸਾਰੇ ਪੋਸਿਬਿਲਿਟੀਆਂ ਨੇ ਸਾਰੀ ਹਿਸਟਰੀਜ਼ ਨੂੰ ਸਾਹਮਣੇ ਲੱਗਤੇ ਰੱਖਦੇ ਹੋਏ ਉਹ ਸਾਰੀਆਂ ਅਗਿਆਨ ਸੋ ਇਹ ਇਹ ਥੋੜੇ ਜੇ ਸਵਾਲ ਨੇ ਅਮ ਇਸ ਇਸ ਨੂੰ ਅਮ ਅਡਰੈਸ ਕਰੰਡਲੀ ਸੋ ਟੈਕਸਟ ਦੇ ਵੱਲ ਵੀ ਮੈਂ ਆਵਾਂਗੀ ਬਲਕਿ ਟੈਕਸਟ ਦੇ ਵੱਲ ਮੇਰੇ ਖਾਲੇ ਸੀ ਆ ਸਕਨੇ ਆ ਹੁਣ हां सो मैं अपनी आ, स्क्रीन ਜਿਹੜੀ ਹੈ ਉਹ ਸ਼ੇਅਰ ਕਰ ਲਵਾਂਗੀ ਤਾਂ ਕਿ ਜਿਹੜੀ ਅਸੀਂ ਕਾਫੀ ਪੜਨਾ ਚਾ ਰਹੇ ਹਾਂ ਉਹ ਤੁਹਾਡੇ ਨਾਲ ਸਾਂਝੀ ਹੋ ਸਕੇ ਔਰ ਥੋੜੀ ਜੀ ਜੋ ਮੈਂ ਗੱਲ ਕਰਨਾ ਚਾਹ ਰਹੀ ਸੀ ਉਹ ਹੈ ਸੀ ਕਿਵੇਂ ਅਸੀਂ ਜੋ ਹੁਣ ਅਸੀਂ ਪੜਾਂਗੇ ਇਕੱਠੇ ਕਾਫੀ ਔਰ ਉਹਦੇ ਬਾਰੇ ਕੋਈ ਵੀ ਕਿਸੇ ਨੂੰ ਖਿਆਲ ਆਏ ਕੋਈ ਥਾਟਸ ਆਣ ਤੇ ਤੁਸੀਂ ਕਮੈਂਟ ਜ਼ਰੂਰ ਛੱਡ ਦੇਣਾ ਕਿ ਕਿਵੇਂ ਪੂਰੇ ਕੇ ਪੂਰੇ ਪੂਰੇ ਦੇ ਪੂਰੇ ਇੱਥੇ ਅਨਾਲਿਸਿਸ ਦੇ ਟੂਲ ਸਾਡੇ ਲਈ ਮੌਜੂਦ ਨੇ ਜਿਹਦੇ ਲਈ ਸਾਨੂੰ ਫਿਰ ਐਕਚੁਅਲੀ ਕਿਸੇ ਹੋਰ ਥਿਰੀ ਦੀ ਲੋੜ ਨਹੀਂ ਔਰ ਅਸੀਂ ਬਿਲਕੁਲ ਆਮ ਤਰੀਕੇ ਨਾਲ ਜਾ ਕੇ ਇੱਕ ਤੇ ਉਹ ਇੰਟੈਲੈਕਚੁਅਲ ਕੰਮ ਵੀ ਕਰ ਸਕਦੇ ਹਾਂ ਜਿੱਦੇ ਰਾਹੀਂ ਅਸੀਂ ਕੋਈ ਨਵੀਂ ਰੀਤ ਇੱਥੇ ਬਣਾਵਾਂਗੇ ਔਰ ਦੂਸਰਾ ਬਿਲਕੁਲ ਆਪਣੀ ਗੱਲ ਕਮਿਊਨੀਕੇਟ ਕਰ ਸਕਦੇ ਹਾਂ ਸੋ ਰਿਸਿਸਟੈਂਸ ਦੀ ਕੀ ਸ਼ਕਲ ਹੈ ਕਿ ਖਾਸ ਉਹਦੇ ਕੁਝ ਅਮ ਐਸੈਂਸ ਹੈ ਉਹ ਖਾਸ ਕਿਸਮ ਦੀ ਪੋਇਟਿਕਸ ਹੈ ਕੋਈ ਜੋ ਸਾਨੂੰ ਇਸ ਪੁਰਾਣੀ ਲੋਕ ਸ਼ਾਇਰੀ ਵਿੱਚ ਨਜ਼ਰ ਆਉਂਦੀ ਹੈ ਔਰ ਮੇਰਾ ਇਹ ਬਹੁਤ ਦਿਲ ਹੋਏਗਾ ਕਿ ਕਿਉਂਕਿ ਮੇਰਾ ਬਿਲਕੁਲ ਇਸ ਤਰ੍ਹਾਂ ਦਾ ਖਿਆਲ ਨਹੀਂ ਹੈ ਕਿ ਕੋਈ ਯੂਨੀਕ ਹੈ ਸਿਰਫ ਪੰਜਾਬੀ ਦੇ ਲਈ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਜਿੱਥੇ ਵੀ ਓਪਰੇਸ਼ਨ ਹੋਈ ਹੈ ਔਰ ਲੋਕਾਂ ਨੇ ਲੜਿਆ ਹੈ ਉਹਦੇ ਨਾਲ ਔਰ ਫਿਰ ਲੋਕਾਂ ਨੇ ਉਹਦੇ ਬਾਰੇ ਗਾਇਆ ਹੈ ਲੋਕਾਂ ਦੇ ਗੀਤ ਭਰੇ ਹੋਏ ਨੇ ਉਹਨਾਂ ਕਹਾਣੀਆਂ ਦੇ ਨਾਲ ਸੋ ਉਹ ਕੰਮ ਜਿਹੜਾ ਹੈ ਅਮ ਸਿੰਧੀ ਕਾਮਰੇਡ ਬਲੋਚ ਕਾਮਰੇਡ ਔਰ ਪਸ਼ਤੂਨ ਜਿਹੜੇ ਕਾਮਰੇਡ ਨੇ ਉਹ ਆਪਣੀ ਥਾਵਾਂ ਤੇ ਵੀ ਕਰ ਰਹੇ ਹੋਣਗੇ ਔਰ ਉਹਦੇ ਬਾਰੇ ਅਗਰ ਅਸੀਂ ਇਹ ਕੰਮ ਸਾਂਝਾ ਕਰੀਏ ਤੇ ਬਹੁਤ ਬਹੁਤ ਚੰਗਾ ਹੋਗਾ ਤੇ ਮੈਂ ਹੁਣ ਥੋੜੀ ਜੀ ਸਕਰੀਨ ਸ਼ੇਅਰ ਕਰਨੀ ਆ ਜੋ ਕਿ ਹੋਪਫੁਲੀ ਮੈਂ ਕਰ ਲਵਾਂਗੀ ਮੈਨੇਜ ਹੂੰ ਓਕੇ ਸੌਰੀ ਸੋ ਮੈਨੂੰ ਸਕਰੀਨ ਸ਼ੇਅਰਿੰਗ ਦੀ ਆਪਸ਼ਨ ਉੱਥੇ ਨਹੀਂ ਮਿਲ ਰਹੀ ਸੋ ਤੇ ਅ ਅਗਰ ਟੈਕਸਟ ਉਹ ਤੁਸੀਂ ਆਪਣੇ ਸਾਹਮਣੇ ਖੋਲ ਲਵੋ ਤੇ ਸ਼ਾਇਦ ਬਿਹਤਰ ਹੋਏਗਾ ਔਰ ਮੈਂ ਆਪਣੇ ਵੱਲੋਂ ਇਹ ਕੋਸ਼ਿਸ਼ ਕਰ ਸਕਨੀ ਆ ਕਿ ਸ਼ਾਇਦ ਮੈਂ ਕਮੈਂਟਸ ਦੇ ਵਿੱਚ ਸ਼ੇਅਰ ਕਰ ਸਕਾਂ एक बार ट्राई करनी है। सॉरी सो स्क्रीन शेयरिंग वाली ऑप्शन तो मेरे लिए नहीं चल रही मैं बस uh, पढ़ के ओके स्क्रीन हाँ बता मैं मैसेज पढ़ रही हाँ ठीक है मैं इतने एज एन इमेज पोस्ट कर देनी है क्योंकि मेरे को उस तरह ही मौजूद है देखने रहा है कि नहीं ਨਹੀਂ ਮੇਰੇ ਕੋਲ ਟੈਕਸਟ ਨਹੀਂ ਹੈ ਮੇਰੇ ਕੋਲ ਇਮੇਜ ਹੈ ਇੱਕ ਸੋ ਜਿਹੜੀ ਰੀਡਿੰਗਸ ਦੇ ਵਿੱਚ ਇਮੇਜ ਹੈ ਉਹ ਹੈ ਸੋ ਆਈ ਮੈਂ ਇਥੇ ਕਾਪੀ ਨਹੀਂ ਉਹਨੂੰ ਕਰ ਸਕਦੀ ਸਾਇਦਲੀ ਅ ਕੁਕਲੀ ਟਾਈ ਕਰ ਲੈਣ ਮੈਂ ਲੈਟਸ ਸੀ ਨਹੀਂ 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 ਕਿਉਂਕਿ ਪੀਡੀਐਫ ਹੈ ਉਹਦੇ ਤੋਂ ਕਾਪੀ ਨਹੀਂ ਹੋਏਗਾ ਸੌਰੀ ਅੱਛਾ ਮੈਂ ਇੱਕ ਬਿਲਕੁਲ ਸੋ ਮੈਂ ਬਸ ਪੜ੍ਹਨੀ ਆ ਵਿਦਾਊਟ ਵੇਸਟਿੰਗ ਮੋਰ ਟਾਈਮ ਮੈਂ ਉਹਨੂੰ ਰਿਸਾਈਡ ਕਰ ਦਿੰਦੀ ਆ ਜੋ ਰੀਡਿੰਗਸ ਜੋ ਸ਼ੇਅਰ ਹੋਈਆਂ ਨੇ ਉਸ ਦੇ ਵਿੱਚ ਉਹ ਹੈ ਟੈਕਸਟ ਤੇ ਤੁਸੀਂ ਉਸ ਤੋਂ ਦੇਖ ਸਕਦੇ ਹੋ ਅ ਕਾਫੀ ਹੈ ਬੁੱਲੇ ਸ਼ਾਹ ਦੀ ਤੋਂ ਬੁੱਲੇ ਸ਼ਾਹ ਬਾਰੇ ਥੋੜਾ ਜਿਹਾ ਮੈਂ ਦੱਸ ਦਿਆਂ ਕਿ ਜ਼ਾਇਰ ਜਿਵੇਂ ਫੋਕ ਔਰ ਔਰਲ ਜਿਹੜੀ ਟ੍ਰੈਡੀਸ਼ਨ ਹੈ ਉਹਦੇ ਜਿਹੜੇ ਫਿਗਰ ਹੁੰਦੇ ਨੇ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਨਹੀਂ ਕਲੀਅਰਲੀ ਤੁਸੀਂ ਇੰਨੀ ਹਿਸਟੋਰੀਕਲ ਇਨਫੋਰਮੇਸ਼ਨ ਨਹੀਂ ਹੋਂਨਾ ਬਾਰੇ ਇਕੱਠੀ ਕਰ ਸਕਦੇ ਸੋ ਸਾਨੂੰ ਬਹੁਤ ਜ਼ਿਆਦਾ ਕੋਈ ਪੱਕੀ ਜ਼ਾਇਰੇ ਜਿਵੇਂ ਬਾਦਸ਼ਾਹ ਹੁੰਦੇ ਸਨ ਬਾਦਸ਼ਾਹ ਤੇ ਆਪਣੀ ਹਰ ਸ਼ੈ ਦਾ ਰਿਕਾਰਡ ਰਖਵਾਉਂਦੇ ਸਨ ਲੇਕਿਨ ਜਿਹੜੇ ਫਕੀਰ ਸਨ ਔਰ ਜਿਹੜੇ ਬਾਗੀ ਸਨ ਉਹਨਾਂ ਦਾ ਰਿਕਾਰਡ ਇਸ ਤਰ੍ਹਾਂ ਤੇ ਨਹੀਂ ਰੱਖਿਆ ਜਾਂਦਾ ਸੀ ਸਿਰਫ ਉਹਨਾਂ ਦਾ ਰਿਕਾਰਡ ਲੋਕਾਂ ਦੇ ਗਾਮਨਾ ਵਿੱਚ ਔਰ ਆਪਣੀ ਮੈਮਰੀ ਦੇ ਵਿੱਚ ਹੀ ਹੈ ਸੋ ਇਸ ਲਈ ਹਾਲੇ ਵੀ ਤੁਸੀਂ ਵੇਖੋ ਬੁੱਲੇ ਸ਼ਾਹ ਦਾ ਜਿਹੜਾ ਮਜ਼ਾਰ ਹੈ ਉਹਦੇ ਤੇ ਕਿੰਨੇ ਲੋਕ ਹਜ਼ਾਰ ਲੋਕ ਰੋਜ਼ ਜਾਂਦੇ ਨੇ ਤੇ ਉਸ ਵੇਲੇ ਦਾ ਜਿਹੜਾ ਬਾਦਸ਼ਾਹ ਸੀ ਔਰੰਗਜ਼ੇਬ ਔਰੰਗਜ਼ੇਬ ਦੇ ਮਜ਼ਾਰ ਤੇ ਕੌਣ ਜਾਂਦਾ ਹੈ ਮੈਂ ਤਾਂ ਪਤਾ ਵੀ ਨਹੀਂ ਹੈ ਕਿੱਥੇ ਸੋ ਬੁੱਲੇ ਸ਼ਾਹ ਦੇ ਬਾਰੇ ਥੋੜਾ ਜਿਹਾ ਦੱਸ ਦਿਆਂ ਕਿ ਉਹ 18ਵੀਂ ਸਦੀ ਤਕਰੀਬਨ ਦੇ ਵਿੱਚ ਉਹਨਾਂ ਦਾ ਲਿਖਣ ਪੜਨ ਜੀਵਨ ਸੀ اور اور اں اوناں دا قصور لاہور قصور نال اوناں دا تعلق سی اور اوناں دی خاص جڑی ایک بہت گل ہے وہ ہے کہ اوناں دے جڑے ٹیچرز سن اوناں دے استاد سن اوناں دا نا عنایت شاہ سی اور عنایت جڑا سی یہ بہت امپورٹنٹ گل ہے کہ وہ ایک ਬੁੱਲੇ ਤੋਂ ਥੱਲੜੀ ਜਾਤ ਦਾ ਦਾ ਸੀ ਸੋ ਐਨਾਇਰ ਜਿਹੜਾ ਸੀ ਅਰਾਇਂ ਸੀ ਬੁੱਲਾ ਸ਼ਾ ਸਾਇਰੇ ਜਿਹੜਾ ਸੀ ਉਹ ਸੈयद ਸੀ ਸੋ ਇੱਕ ਖਾਸ ਤਰ੍ਹਾਂ ਦਾ ਹੈ ਸਾਨੂੰ ਅਕਸਰ ਭੁੱਲ ਜਾਂਦਾ ਹੈ ਔਰ ਇਹ ਸਾਡੇ ਲਈ ਆਪਣੀ ਸਿਆਸਤ ਵਿੱਚ ਯਾਦ ਰੱਖਣਾ ਵੀ ਬਹੁਤ ਜ਼ਰੂਰੀ ਹੈ ਕਿ ਐਸਜੀਟੀ ਦੇ ਵਿੱਚ ਇਸਲਾਮ ਦੇ ਆਉਣ ਨਾਲ ਇਹ ਦਾ ਮਤਲਬ ਨਹੀਂ ਸੀ ਕਿ ਜੀ ਜਾਤ ਜਿਹੜੀ ਸੀ ਔਰ ਜਾਤ ਪਾਤ ਸੀ ਜਿਹੜੀ ਕਾਸਟ ਦੀ ਪਿਓਰਿਟੀ ਪੋਲੂਸ਼ਨ ਪਾਕੀ ਪਲੀਤੀ ਸੀ ਉਹ ਮੁੱਕ ਗਈ ਇਹ ਬਿਲਕੁਲ ਨਹੀਂ ਹੋਇਆ ਸੋ ਇੱਕ 18ਵੀਂ ਸਦੀ ਦੇ ਵਿੱਚ ਔਰ ਇਹ ਹੁਣੇ ਵੀ ਹੈ ਸਾਡੇ ਮੌਜੂਦਾ ਮਾਹੌਲ ਦੇ ਵਿੱਚ ਵੀ ਹੈ ਔਰ ਉਸ ਵੇਲੇ ਵੀ ਹੈ ਸੀ ਸੋ ਕਾਸਟ ਦੀ ਜਿਹੜੀ ਕ੍ਰਿਟਿਕ ਹੈ ਉਹ ਕਿਸ ਤਰ੍ਹਾਂ ਇਸ ਸ਼ਾਇਰੀ ਦੇ ਵਿੱਚ ਸਾਨੂੰ ਨਜ਼ਰ ਆਂਦੀ ਹੈ ਉਹ ਬਹੁਤ ਜ਼ਰੂਰੀ ਹੈ ਸੋ ਅਮ ਇਨਾਇਤ ਜਿਕਰ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਇੱਕ कल्लेडीज आर्ट ਦਾ ਬੰਦਾ ਸੀ ਔਰ ਯਾਨੀ ਲੋਅਰ ਕਾਸਟ ਔਰ ਬੁੱਲਾ ਜਿਹੜਾ ਸੀ ਉਹ ਅਪ ਕਾਸਟ ਸੈਇਦ ਬੈਕਗਰਾਉਂਡ ਸੋ ਮੁਸਲਮਾਨਾ ਦੇ ਵਿੱਚ ਬ੍ਰਾਹਮਣ ਦੀ ਦੀ ਇਹ ਇਕੁਇਵਲੈਂਟ ਹੋ ਗਈ ਸੋ ਉਸ ਜ਼ਮਾਨੇ ਦੇ ਵਿੱਚ ਉਹਨਾਂ ਦਾ ਆਪਣੇ ਲਈ ਇੱਕ ਅਰਾਈ ਮੁਰਸ਼ਦ ਅਰਾਈ ਟੀਚਰ ਚੂਜ਼ ਕਰਨਾ ਇੱਕ ਬਹੁਤ ਹੀ ਪਬਲਿਕ ਡਿਸੀਜਨ ਵੀ ਸੀ ਕੁ ਪ੍ਰਾਈਵੇਟ ਨਹੀਂ ਸੀ ਉਹ ਆਪੀ ਇੱਕ ਤਰ੍ਹਾਂ ਦਾ ਇੱਕ ਐਂਟੀ ਕਾਸਟ ਅੰਮ ਬਗਾਵਤ ਨੂੰ ਪਰਫਾਰਮ ਕਰਨ ਦਾ ਉਹਨਾਂ ਦਾ ਯਤਨ ਸੀ ਦੂਜਾ ਫਿਰ ਤੁਸੀਂ ਵੇਖੋਗੇ ਕਿ ਕਿਵੇਂ ਉਹਨਾਂ ਦੇ ਬਾਰੇ ਔਰ ਇਹ ਲੋਕਾਂ ਨੇ ਸੁਣੀਆਂ ਵੀ ਹੋਈਆਂ ਨੇ ਆਈ ਐਮ ਸ਼ੋਰ ਗੱਲਾਂ ਉਹਨਾਂ ਬਾਰੇ ਕਿ ਜੀ ਉਹਨਾਂ ਨੇ ਨੱਚ ਕੇ ਆਪਣਾ ਯਾਰ ਬਣਾਇਆ ਇਨਾਇਤ ਨੂੰ ਬਣਾਇਆ ਸੋ ਬੁੱਲੇ ਨੇ ਖੁੰਗਰੂ ਪਾ ਕੇ ਨੱਚ ਕੇ ਪਬਲਿਕਲੀ ਸੜਕ ਦੇ ਵਿੱਚ ਅਨਾਇਤ ਨੂੰ ਮਨਾਇਆ ਸੀ ਜਦੋਂ ਉਹ ਇੱਕ ਵਾਰੀ ਨਰਾਜ਼ ਹੋਣਾਂ ਤੋਂ ਹੋ ਗਏ ਸਨ ਸੋ ਅਗੇਨ ਆਈ ਥਰੋ ਅਗੇਨ ਮੈਂ ਨਹੀਂ ਕਹਿ ਰਹੀ ਕਿ ਬੜੀ ਹਿਸਟੋਰਿਕਲੀ ਪੱਕੀ ਗੱਲ ਹੈ ਲੇਕਿਨ ਕਿਸੇ ਫਿਗਰ ਦੇ ਗਿਰਦ ਇਸ ਤਰ੍ਹਾਂ ਦੀ ਜਦੋਂ ਗੱਲਾਂ ਘੁੰਮਦੀਆਂ ਨੇ ਉਹਦੇ ਨਾਲ ਅਟੈਚ ਨਹੀਂ ਤੇ ਸਾਨੂੰ ਕੀ ਪਤਾ ਲੱਗਦਾ ਔਰ ਥਰੂਆਊਟ ਜਿਹੜੀ ਜਿੰਨੀ ਲਾਈਕ ਆਲ ਅਦਰ ਪੰਜਾਬੀ ਪੋਇਟਰੀ ਬੁੱਲੇ ਦੀ ਸਾਰੀ ਸ਼ਾਇਰੀ ਜਿਹੜੀ ਹੈ ਔਰਤ ਦੀ ਆਵਾਜ਼ ਦੇ ਵਿੱਚ ਲਿਖੀ ਗਈ So, बुला अपने आपूर अपनी सो सवानी, सवानी औरत औरत औरत, औरत so, जिस तरह की एक थोड़ी जी जो इतने नजर आंदा है होपफुल जो अगे भी कुछ टेक्स और होपफुल आप भी पढ़ोगे तो नजर आएगा कि ਜਿਹੜੀ ਐ ਪੋਏਟਿਕਸ ਹੈ ਜਿਹਦੀ ਮੈਂ ਗੱਲ ਕਰ ਰਹੀਆਂ ਉਹਦੇ ਵਿੱਚ ਇੱਕ ਸਿੰਗਲ ਯੂਨੀਵਰਸਲ ਯੂਨਿਟੀ ਦੇ ਵਿੱਚ ਹਰਸ਼ ਐ ਐਨਲਾਈਜ਼ ਹੋ ਰਹੀ ਹੁੰਦੀ ਹੈ ਵੇਖੀ ਜਾ ਰਹੀ ਹੁੰਦੀ ਹੈ ਸੋ ਕਾਸਟ ਜਿਹੜੀ ਹੈ ਉਹ ਪੈਟਰੀਆਰਕੀ ਤੋਂ ਔਰ ਜੈਂਡਰ ਦੇ ਸਵਾਲ ਤੋਂ ਉਹ ਮੈਸਕਿਉਲਿਨਿਟੀ ਦੇ ਪ੍ਰੋਬਲਮਸ ਤੋਂ ਔਰ ਉਸ ਡੋਮੀਨੈਂਟ ਰਿਲੀਜਨ ਔਰ ਪਾਵਰ ਤੋਂ ਅਲੱਗ ਬਿਲਕੁਲ ਵੀ ਨਹੀਂ ਸੋ ਜਦੋਂ ਸਾਡੇ ਕੋਲ ਬੁੱਲੇਵਰਗ ਦਾ ਫਿਗਰ ਆਂਦਾ ਹੈ ਬੁੱਲੇ ਸ਼ਾ ਵਰਗਾ ਜਾਂ ਸ਼ਾਹੋ ਸੈਨ ਵਰਗਾ ਜਿਨ੍ਹਾਂ ਦਾ ਇੱਕ ਜਿਨ੍ਹਾਂ ਦਾ ਜਿਹੜਾ ਮਾਸ਼ੂਕ ਸੀ ਉਹ ਇੱਕ ਬ੍ਰਾਹਮਣ Hindu ਮੁੰਡਾ ਸੀ ਔਰ ਉਹ ਉਹਨਾਂ ਦੀ ਤੇ ਕਬਰ ਵੀ ਇਕੱਠੇ ਹੀ ਹੈ ਲਾਹੌਰ ਦੇ ਵਿੱਚ ਸੋ ਕਲੀਅਰਲੀ ਜਿਹੜੀ ਇੱਕ ਹੈਟਰੋ ਸੈਕਸ਼ੁਅਲ ਰਿਲੇਸ਼ਨਸ਼ਿਪ ਨੂੰ ਕਿਵੇਂ ਚੈਲੰਜ ਕੀਤਾ ਜਾ ਰਿਹਾ ਹੈ ਮੈਸਕਿਉਲਿਨਿਟੀ ਨੂੰ ਕਿਵੇਂ ਚੈਲੰਜ ਕੀਤਾ ਜਾ ਰਿਹਾ ਹੈ ਔਰ ਨਾਲ ਹੀ ਕਾਸਟ ਦੇ ਵੀ ਕ੍ਰਿਟਿਕ ਕਿਉਂਕਿ ਸ਼ਾਹ ਹੁਸੈਨ ਔਰ ਮਾਧੂ ਦੇ ਵਿੱਚ ਵੀ ਜੁਲਾਹਾ ਬ੍ਰਾਹਮਣ ਉਹ ਹੋਈ ਸੀ ਸੋ ਕਿਵੇਂ ਸਾਨੂੰ ਇਸ ਜਦੋਂ ਅਸੀਂ ਇਸ ਪੋਇਟਰੀ ਨੂੰ ਪੜ੍ਹਨਾ ਹੈ ਤੇ ਅਸੀਂ ਡਿਵਾਈਡ ਨਹੀਂ ਕਰ ਸਕਦੇ ਕਿ ਇੱਥੇ ਬੁੱਲਾ ਜੀ ਮਜ਼ਦਬ ਦੇ অপਰੇਸ਼ਨ ਦੀ ਗੱਲ ਕਰ ਰਿਹਾ ਇੱਥੇ ਕਾਸ ਦੀ ਉਹ ਸਾਰਾ ਕੁਝ ਇੱਕ ਹੈ ਉਸ ਦੇ ਉਸ ਦੇ ਸਿਸਟਮ ਦੇ ਵਿੱਚ ਸੋ ਆਈ ਥਿੰਕ ਜ਼ੀਨਿਆ ਨੇ ਉਹ ਪਿੰਨ ਕੀਤੀ ਹੈ ਟੈਕਸਟ ਵੀ ਤੇ ਮੈਂ ਜਲਦੀ ਨਾਲ ਟੈਕਸਟ ਦੇਵਾਲਾਣੀ ਆ ਹੁਣ <clears throat> काफी है मैं कुसुंबड़ा चुन, चुन हारी नी मैं कुसुंबड़ा चुन चुनहारी कुसंबे दे कंडे भलेरे अड़ अड़ चुनरी पाड़ी सो कुसुबड़ा सुन के डर ना जान लो के कोई बड़ा ही मुश्किल पंजाबी का लफज आ गया एम एक, एक फुल है ਹੋਲ ਹੈ ਲਾਲ ਰੰਗ ਦਾ ਹੁਣ ਤੇ ਸ਼ਾਇਦ ਪ੍ਰੋਬਬਲੀ ਨਹੀਂ ਹੁੰਦਾ ਹੋਏਗਾ ਲੇਕਿਨ ਉਹਨਾਂ ਵੇਲਿਆਂ ਦੇ ਵਿੱਚ ਇਹ ਇੱਕ ਫਸਲ ਹੁੰਦੀ ਸੀ ਕੁਸਮਬੜੇ ਜਾਂ ਕੁਸੁੰਬੇ ਦੀ ਔਰ ਇਹਨੂੰ ਪ੍ਰਾਇਮਰਲੀ ਡਾਈਂਗ ਦੇ ਲਈ ਵਰਤੇ ਯੂਜ਼ ਕੀਤਾ ਜਾਂਦਾ ਸੀ ਸੋ ਲਾਲ ਡਾਈ ਲਾਲ ਰੰਗ ਕਰਨ ਲਈ ਕੱਪੜਿਆਂ ਨੂੰ ਲਾਲ ਰੰਗ ਕਰਨ ਲਈ ਕੁਸਮੜਾ ਚੁਣਿਆ ਜਾਂਦਾ ਸੀ ਸੋ ਮੈਂ ਕੁਸਮੜਾ ਚੁਣ ਚੁਣਹਾਰੀ ਸੋ ਕੋਈ ਇਹ ਬੁੱਲੇ ਸ਼ਾ ਲਿਖ ਰਿਹਾ ਹੈ मगर जेड़ी शायद काफी दी आवाज़ है और यार सेंट्रल है वो कह रहा है कि मैं कुसुम्बा चुन चुन के थक गई हारी हार गई इस कुसंबे दे कंडे भलेरे अड़ अड़ चुनरी पाड़ी सो इस कुसंबे के कंडे बहुत हैं भलेरे हैं सो ये बहुत ही इस पौधे बारे ये भी क्या जाता है कि बहुत ज्यादा इन ਇਸ ਦੀ ਜਿਹੜੀ ਚੁਗਾਈ ਹੈ ਇਸ ਨੂੰ ਜਿਹੜਾ ਚੁਣਨਾ ਹੁੰਦਾ ਹੈ ਜਾਂ ਇਹਨੂੰ ਕਾਸਟ ਕਰਨ ਦੇ ਵਿੱਚ ਕੰਡੇ ਬਹੁਤ ਕਾਂਟੇ ਬਹੁਤ ਹੁੰਦੇ ਹਨ ਔਰ ਹੱਥਾਂ 'ਚ ਚੁਬਦਾ ਹੈ ਜੇਕਰ ਭਿੰਡੀ ਦਾ ਵੀ ਔਰ ਨਰਮੇ ਦਾ ਵੀ ਜੋ ਕਾਟਨ ਦੀ ਕ੍ਰੌਪ ਦਾ ਵੀ ਸੋ ਇਸ ਕੋ ਸੰਵੇ ਕੇ ਇਸ ਤੇ ਕੰਡੇ ਭਲੇਰੇ ਅੜ ਅੜ ਚੁੰਨਰੀ ਪਾੜੀ ਇਸ ਕੋ ਸੰਵੇ ਦਾ ਹਾਕਮ ਕਰੜਾ ਜ਼ਾਲਮ ਹੈ ਪਟਵਾਰੀ ਇਸ ਕੋ ਸੰਵੇ ਕਾ ਜੋ ਹਾਕਮ ਹੈ ਜੋ ਬਾਦਸ਼ਾਹ ਹੈ ਉਹ ਬਹੁਤ ਸਖਤ ਹੈ ਕਰੜਾ ਹੈ ਕਟ ਸਖਤ ਹੈ ਜ਼ਾਲਮ ਹੈ ਪਟਵਾਰੀ ਔਰ ਜੋ ਪਟਵਾਰੀ ਹੈ ਉਹ ਵੀ ਜ਼ਾਲਮ ਹੈ ਸੋ ਇਥੇ ਜਿਹੜੇ ਲੋਕ ਥੋੜਾ ਜਿਹਾ ਫੈਮਿਲੀਅਰ ਨੇ ਰੂਰਲ ਗਿਆੜੀ ਪਿੰਡ ਦੀ ਵਸੋਂ ਦੇ ਨਾਲ ਉਹਨਾਂ ਨੂੰ ਜ਼ਾਇਰੇ ਪਟਵਾਰੀ ਦਾ ਪਤਾ ਹੋਏਗਾ ਉਹਨਾਂ ਨੂੰ ਇਹ ਵੀ ਬਿਲਕੁਲ ਪਤਾ ਹੋਏਗਾ ਕਿ ਪਟਵਾਰੀ ਦਾ ਕੀ ਉਸ ਪਿੰਡ ਦੀ ਜਿਹੜੀ ਪਾਵਰ ਦੀ ਸਟਰਕਚਰ ਹੈ ਉਸ ਪਿੰਡ ਦੇ ਵਿੱਚ ਜਿਹੜਾ ਸੋਸ਼ਲ ਕੰਟਰੋਲ ਹੈ ਉਸ ਦੇ ਵਿੱਚ ਪਟਵਾਰੀ ਦਾ ਕਿੰਨਾ ਵੱਡਾ ਹੱਥ ਹੁੰਦਾ ਸੀ ਪਟਵਾਰੀ ਜਿਹੜਾ ਹੈ ਉਹ ਕਿਉਂਕਿ ਲੈਂਡ ਦਾ ਰਿਕਾਰਡ ਉਹਦੇ ਕੋਲ ਹੁੰਦਾ ਹੈ ਟੈਕਸ ਰੇਸ਼ਨ ਦਾ ਉਸ ਵਿਲੇਜ ਮੋਗਲ ਵਿਲੇਜ ਰਿਕਾਰਡ ਉਹਦੇ ਕੋਲ ਹੁੰਦਾ ਸੀ ਸੋ ਜਿਹੜਾ ਰਿਸ਼ਵਤ ਦੇ ਥਰੂ ਲੈਂਡਲੋਰਡ ਦਾ ਜਿਹੜਾ ਕਮੀ ਦੇ ਉੱਤੇ ਉਹਦਾ ਧਰੋ ਸੀ ਉਹਦਾ ਜ਼ੁਲਮ ਸੀ ਉਹਨੂੰ ਕਿਸ ਤਰ੍ਹਾਂ ਪਟਵਾਰੀ ਉਹਦੇ ਵਿੱਚ ਕਿੰਨਾ ਇੱਕ ਇੰਪੋਰਟੈਂਟ ਫਿਗਰ ਸੀ ਔਰ ਹੁਣੇ ਵੀ ਤੁਸੀਂ ਵੇਖ ਲਓ ਚੇਂਜ ਨਹੀਂ ਹੋਈ ਹੈ इसको दे चार मुकदम मलबा मंगदे भारी सो मुकदम भारीक्ट ने, ने सो वो फिर अगे दस रही है वो औरत के इसके चार मुकदम है चार मुख्तलिफ मुख्तलिफेदार हैं चार मुख्तलिफ मरहलों पे इस पर टैक्स भी देना पड़ता है एक तो इतना सा चुना उसके बाद टैक्स ਮਲਬਾ ਮੰਗਦੇ ਭਾਰੀ ਭਾਰੀ ਮਲਬਾ ਭਾਰੀ ਕੁਆਂਟੀਟੀ ਭਾਰੀ ਪੈਸਾ ਜਿਹੜਾ ਹੈ ਉਹ ਤਾਰਨਾ ਪੈਂਦਾ ਹੈ ਇਹਨੂੰ ਕਾਸਟ ਕਰਨ ਦੇ ਲਈ ਵੀ ਮੈਂ ਖਸਮੜਾ ਚੁੰਨ ਚੁੰਨ ਹਾਰੀ ਇਸ ਹੋਰ ਨਾ ਚੁਗਿਆ ਪੋਇਆ ਪੋਇਆ ਘਰ ਲਈ ਮੈਂ ਪਟਿਆਰੀ ਸਭ ਬਾਕੀ ਉਹਨੇ ਥੋੜਾ ਥੋੜਾ ਚੁਨਾ ਮੈਨੇ ਬਹੁਤ ਜ਼ਿਆਦਾ ਇਕੱਠਾ ਵੀ ਕੀਤਾ ਮੈਨੇ ਬਹੁਤ ਮਿਹਨਤ ਕੀਤੀ ਆਈ ਵਰਕਡ ਵੈਰੀ ਹਾਰਡ ਚੁਗ ਚੁਗਾ ਮੈਂ ਢੇਰੀ ਕੀਤਾ लथें आन व्यापारी और जब मैंने चुना और सारी मेहनत की और सारा दिन पसीना बहाया तो मैंने क्या देखा कि वहां से कौन आ रहे हैं व्यापारी सो so, व्यापारी 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 ट्रेडर्स ने सो जेड़ा खरीदा ना आ रहे हैं माल सो so, सानू ए भी इस तो पता लगदा है कि किवें एक्चुअली उस वेले भी कैश और द किस तरह इकोनॉमी अग्रैरियन मार्केट के में चल रही थी, सो ये पूरी आ, एक इमेज उसी दिती गई है। घाटी मुश्किल पेंडा सिर पर गठड़ी भारी, सो so, पेंडा जो है वो रास्ता है, ओखी घाटी, ओखा रास्ता, ओखा ओखा मुश्किल है, घाटी इज़ योर पाथ ही है, सिर पर गठड़ी भारी, सो so, गठड़ी Uh, जो उसने एक पूरा जो उसने इकट्ठा किया है जो कुसंबा चुना है उसको उसने लपेट के एक uh, जो उसका uh, गंड, गंड एक बांध के, गठरी बांध के के अपने सर पर सो इट्स इट्स इवोकेटिव बहुत इमेज सारे ने कि कुसुमड़े दकी है मैं कुसुमड़ा चुन चुन हारी बुल्ले शाह में नीच कमीनी बुल्ला शाह कह रहे हैं, बुल्ले शाह अपने बारे कह रहे हैं कि मैं नीच कमीनी हाँ नॉट ईवन नीच कमीना नीच कमीनी शौ इनायत तारी so किसने बचाया है इनायत ने और शौ जेड़ा है शाह नहीं है शौ का मतलब है बिलाविड सो so, मेरा इनायत जो मेरा बिलाविड है so, सो वेखो कि किस तरह अगर अस ਇਸ ਪੋਇਟਿਕਸ ਦੇ ਵਿੱਚ ਕੁਇਰਿੰਗ ਦੀ ਗੱਲ ਕਰੀ ਗਏ ਕਿ ਇਸ ਪੋਇਟਿਕਸ ਦੀ ਦੀ ਜਿਹੜੀ ਇੱਕ ਅੰਦਰ ਕੁਇਰ ਕਰਨ ਦਾ ਸਟਰਕਚਰ ਹੈ ਉਹ ਕੀ ਹੈ ਉਹ ਕਾਸਟ ਸੈਕਸ਼ੁਅਲਿਟੀ ਔਰ ਐਥੀਜਿਕਨ ਇਸ ਨਜ਼ਮ ਵਿੱਚ ਸਾਨੂੰ ਦਿਖ ਰਿਹਾ ਲੇਬਰ ਨੂੰ ਨਾਲ ਲੈ ਕੇ ਕ੍ਰਿਟਿਕਲ ਹੈ ਸੋ ਕਾਫੀ ਅ ਇੰਟਰਸਟਿੰਗ ਹੈ ਸੋ ਐਨੂਅਸੀ ਅਗਰ ਵੇਖੀਏ ਅਮ ਤੇ ਜੋ عارفਾਨਾ ਕਲਾਮ ਸੂਫੀਾਨਾ ਕਲਾਮ ਦੀਆਂ ਗੱਲਾਂ ਨੇ ਮੁਸ਼ਕਿਲ ਲੱਗਦਾ ਹੈ ਪਰ ਮੈਂ ਕਮੈਂਟਰੀਜ਼ ਪੜੀਆਂ ਨੇ ਜਿਦੇ ਵਿੱਚ ਲੋਕ ਲੋਕਾਂ ਨੇ ਇਹਨੂੰ ਇੰਟਰਪ੍ਰੀਟ ਕੀਤਾ ਹੈ ਕਿ ਜੀ ਐਕਚੁਅਲੀ ਜੀ ਤੇ ਕੁਸੁੰਬਾ ਜਿਹੜਾ ਹੈ ਉਹ ਇਸ ਦੁਨੀਆ ਦੇ ਵਿੱਚ ਸਾਡੇ ਅਮਾਲ ਨੇ ਔਰ ਇਹਨੂੰ ਤੁਸੀਂ ਬੰਨ ਕੇ ਜਿਹੜਾ ਜਾਂਦੇ ਹੋ ਔਰ ਜਾ ਰਹੇ ਹੋ ਉਹ ਜੀ ਕਿਆਮਤ ਦੀ ਗੱਲ ਹੈ ਔਰ ਇਹ ਰੂਹ ਦੀ ਤੁਹਾਡੀ ਜੋ ਕੁਝ ਤੁਸੀਂ ਇਕੱਠਾ ਕੀਤਾ ਹੈ ਉਹ ਸਾਰਾ ਜੀ ਇਸ ਤਰ੍ਹਾਂ ਹੈ ਸਿੰਬਲਿਜ਼ਮ ਲੇਕਿਨ ਮੇਰਾ ਸਵਾਲ ਹੈ ਹੈ ਕਿ ਐਜ਼ ਸ਼ਾਇਰੀ ਪਰਨ ਦੇ ਤੌਰ ਤੇ ਹੀ ਬਹੁਤ ਬੁਰੀ ਪ੍ਰੈਕਟਿਸ ਹੈ ਕਿ ਜੋ ਸ਼ਾਇਰ ਨੇ ਤੁਹਾਨੂੰ ਇਮੇਜ ਦਿੱਤਾ ਹੈ ਅਗਰ ਉਹਨੇ ਇਹ ਗੱਲ ਕਰਨੀ ਸੀ ਤੇ ਉਹ ਫਿਰ ਇਹ ਹੀ ਕਹਿ ਦਿੰਦਾ ਫਿਰ ਉਹ ਸੁਬੜੇ ਦਾ ਕਿਉਂ ਵਰਤਦਾ ਤੇ ਅਗਰ ਅਸੀਂ ਫਿਰ ਦੁਬਾਰਾ ਆਈਏ ਉਸ ਪੋਇਟਿਕਸ ਦੇ ਅਮ ਦੇ ਸਟਰਕਚਰ ਨੂੰ ਸਕੈਚ ਕਰਨ ਤੇ ਤੇ ਕਿਵੇਂ ਉਹ ਫਰਕ ਹੈ ਔਰ ਇਹਦਾ ਬਹੁਤ ਫਰਕ ਹੈ ਤੁਸੀਂ ਵੇਖੋਗੇ ਅ ਹੋਰ ਕਿਸਮ ਦੀ ਜਿਹੜੀ ਜਨਦੀਦ ਦੌਰ ਦੀ ਅ ਤਰੱਕੀਪਸੰਦ ਸ਼ਾਇਰੀ ਵੀ ਹੋਈ ਹੈ ਜਿਹਦੇ ਵਿੱਚ ਫੈਜ਼ ਐਮ ਫੈਜ਼ ਦਾ ਬਹੁਤ ਵੱਡਾ ਨਾ ਹੈ ਕਿ ਕਿਵੇਂ ਉਹਦੀ ਪੋਏਟਿਕਸ ਔਰ ਇਸਦੀ ਪੋਏਟਿਕਸ ਕੀ ਹੈ ਯਾਨੀ ਇਮੇਜਰੀ ਵੇਖੋ ਸਿੰਪਲ ਐਵਰੀਡੇ ਜੋ ਖੇਤ ਔਰਤ ਦੇ ਦਾ ਕੰਮ ਤੇ ਜਾਣਾ ਦੋ ਟੋਟਲ ਜਿਹੜੀ ਇਮੇਜੇਸ ਨੇ ਉਹ ਮਟੀਰੀਅਲ ਲਾਈਫ ਤੋਂ ਉਹ ਰੂਟੀਨ ਤੋਂ ਲਿੱਤੇ ਹੋਏ ਨੇ ਔਰ ਉਹ ਲੇਬਰ ਦੇ ਨਾਲ ਲੇਬਰ ਨੂੰ ਰਿਪਰੈਜ਼ੈਂਟ ਲੇਬਰ ਨੂੰ ਡਿਪਿਕਟ ਕਰਨ ਦੇ ਤੋਂ ਲਿੱਤੇ ਹੋਏ ਨੇ ਸਬਜੈਕਟ ਕੌਣ ਹੈ ਸਬਜੈਕਟ ਉਹ ਨੀਚ ਕਮੀਨੀ ਹੈ ਸੋ ਨੀਚ ਕਿਸੇ ਨੂੰ ਨੀਚ ਆਖਣਾ ਜਿਹੜਾ ਹੈ ਉਹ ਇਮੀਡੀਏਟਲੀ ਕਾਸਟ ਔਰ ਕਾਸਟ ਦਾ ਜਿਹੜਾ ਇੱਕ ਐਨਾਲਿਟਿਕ ਹੈ ਉਹ ਸਾਡੇ ਸਾਹਮਣੇ ਲੰਦਾ ਹੈ ਸੋ लो कलास लो कास्ट सबोर्टन लेबर और पूरा किमें समझ तुम ओदी वेखो किपल शे नहीं है यस द लैंगेज इज़ वेरी सिंपल बट दैट इज़ पार्ट ऑफ एक्चुअली ड्रॉइंग अटेंशन टू द फैक्ट कि पूरे मुगल इकनोमिक सिस्टम भी उत्तों लेके बिल्कुल बेस तक फुल अनालिसिस है ਸੋ ਟਾਪ ਆਫ ਦਾ ਟਾਪ ਆਫ ਦਾ ਪੈਰਾਮਿਡ ਬਾਦਸ਼ਾ ਹਾਕਮ ਕੜੜਾ ਹਾਕਮ ਤੋਂ ਥੱਲੇ ਟੈਕਸ ਉਸ ਤੋਂ ਥੱਲੇ ਵਿਲੇਜ ਲੈਵਲ ਤੇ ਪਟਵਾਰੀ ਉਸ ਤੋਂ ਥੱਲੇ ਜਿਹੜੀ ਟ੍ਰੇਡ ਔਰ ਸਭ ਤੋਂ ਥੱਲੇ ਕੌਣ ਹੈ ਨੀਚ ਕਮੀਨੀ ਸੋ ਜਿਹਦਾ ਜਿਹਦੀ ਲੇਬਰ ਲੁੱਟੀ ਜਾ ਰਹੀ ਹੈ ਜਿਹਦੀ ਲੇਬਰ ਦੀ ਲੁੱਟ ਹੋ ਰਹੀ ਹੈ ਔਰ ਕਾਫੀ ਦੇ ਸਟਰਕਚਰ ਬਾਰੇ ਵੀ ਮੈਂ ਥੋੜਾ ਜਿਆਦਾ ਦੱਸਦੇ ਹਾਂ ਕਿ ਕਾਫੀ ਦਾ ਜਿਹੜਾ ਸਟਰਕਚਰ ਹੁੰਦਾ ਹੈ ਉਸ ਤੇ ਵਿੱਚ ਇੱਕ ਲਾਈਨ ਰਿਪੀਟ ਕਰਦੀ ਹੈ ਤੇ ਤੁਸੀਂ ਸਾਰਿਆਂ ਨੇ ਇਸ ਮਿੱਠੇ ਸੁਣੀਓ ਤੁਸੀਂ ਸੁਣਾ ਹੋਇਆ ਕੋਈ ਨਾ ਕੋਈ ਪੰਜਾਬੀ ਕਲਾਮ ਤੇ ਉਹਦੇ ਵਿੱਚ ਤੁਸੀਂ ਵੇਖੋਗੇ ਕਿ ਇੱਕ ਲਾਈਨ ਕਵਾਲੀ ਦੇ ਵਿੱਚ ਵੀ ਰਿਪੀਟ ਕਰਦੀ ਹੈ ਜੇਕਰ ਬੁੱਲਾ ਕੀ ਜਾਣਾ ਮੈਂ ਕੌਣ ਦੇ ਵਿੱਚ ਬੁੱਲਾ ਕੀ ਜਾਣਾ ਮੈਂ ਕੌਣ बार-बार ਹਰ ਸਟੈਂਜ਼ਾ ਦੇ ਬਾਅਦ ਰਿਪੀਟ ਹੁੰਦਾ ਹੈ ਸੋ ਉਹਦਾ ਰਿਪੀਟਿਸ਼ਨ ਦਾ ਮਤਲਬ ਮਕਸਦ ਦੇਖਤੇ ਜਾਇਰੇ ਇੱਕ ਗਾਵਣ ਦੇ ਸਟਰਕਚਰ ਨੂੰ ਐਡ ਕਰਨਾ ਹੈ ਦੂਸਰਾ ਮਕਸਦ ਹੈ ਵੀ ਹੈ ਕਿ ਉਹ ਫਿਰ ਪੋਇਟਰੀ ਨੂੰ ਕੀ मीनिंग ਦੇ ਨਾਲ ਕੀ ਕਰਦਾ ਹੈ ਸੋ ਇਹਦੇ ਵਿੱਚ ਅਗੇਨ ਅਗਰ ਤੁਸੀਂ ਇਹ ਸੈਂਟੈਂਸ ਵੇਖੋ ਮੈਂ ਕੁਸੁੰਬਾ ਚੁੰਚੁੰਨ ਹਾਰੀ ਇਹਦੇ ਵਿੱਚ ਬਹੁਤ ਸਿੰਪਲ ਲੈਂਗੁਏਜ ਇਸਤੇਮਾਲ ਕੀਤੀ ਗਈ ਹੈ ਬਟ ਅਗੇਨ ਕਿਉਂਕਿ ਕਾਫੀ ਇੱਕ ਪਰਫਾਰਮ ਕੀ ਕਰਨ ਵਾਲੀ ਫਾਰਮ ਹੈ ਉਹਦੇ ਡਬਲ ਮੀਨਿੰਗਸ ਵੀ ਨੇ ਸੋ ਇੱਕ ਇਹਦੀ ਰੀਡਿੰਗ ਹੈ ਕਿ ਮੈਂ ਕੁਸੁੰਬਾ ਚੁੰਚੁੰਨ ਹਾਰੀ ਮੈਂ ਥੱਕ ਗਈ ਮੈਂ ਹੋਰ ਨਹੀਂ ਕਰਾਂਗੀ ਔਰ ਦੂਸਰੀ ਰੀਡਿੰਗ ਹੈ ਮੈਂ ਕੁਸਮੜਾ ਚੁੰਚੁੰਨ ਹਾਰੀ ਸੋ ਰਿਜੈਕਸ਼ਨ ਦੀ ਰੀਡਿੰਗ ਦੇ ਵਿੱਚ ਹੈ ਔਰ ਇਸ ਦੇ ਉੱਤੇ ਸੀ ਇੱਕ 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 ਪਲੇ ਵੀ ਹੈ ਇੱਕ ਪਲੇ ਵੀ ਪਰਫਾਰਮ ਕੀਤਾ ਹੈ ਜੋ ਪੂਰੀ ਇਸ ਕਾਫੀ ਦੇ ਸਟਰਕਚਰ ਦੇ ਉੱਤੇ ਬੇਸਡ ਹੈ ਔਰ ਜਦੋਂ ਵੀ ਇਹ ਸੀਓ ਪਰਫਾਰਮ ਕੀਤਾ ਹੈ ਖਾਸ ਤੌਰ ਤੇ ਪਿੰਡਾਂ 'ਚ ਜਦੋਂ ਪਰਫਾਰਮ ਕਰਨੇ ਆ ਐਂਡ ਅਗਰ ਔਰਤਾਂ ਦੇ ਐਗਰੀਕਲਚਰਲ ਲੇਬਰ ਉੱਥੇ ਮੌਜੂਦ ਹੁੰਦੀ ਹੈ ਤੇ ਰਿਸਪੌਂਸ ਬਿਲਕੁਲ ਹੋਰ ਆਂਦਾ ਹੈ اگر لاہور ਦੇ ਵਿੱਚ ਕਿਸੇ کالج ਦੇ ਵਿੱਚ ਪਰਫਾਰਮ ਕਰਨے ہیں ਜਿੱਥੇ ਸਟੂਡੈਂਟ ਹੁੰਦੇ ਨੇ ਤੇ ਰਿਸਪਾਂਸ ਬਿਲਕੁਲ ਹੋਰ ਹੁੰਦਾ ਰਿਸਪਾਂਸ ਹੁੰਦਾ ਹੈ ਕਿ ਸਮਝ ਨਹੀਂ ਆਈ ام ਤੇ ਇਹ ਥੋੜਾ ਜਾਇ ਇਸ ਦੇ ਬਾਰੇ ਵੇਖਣਾ ਕਿ ਕੀ ਕੀ ਹੈ ਪ੍ਰੋਸੈਸ ਇੱਕ ਤੇ ਜਿਹੜਾ ਮੈਂ ਪੁਆਇੰਟ ਆਊਟ ਕੀਤਾ ਸਿੰਪਲ ਜ਼ਬਾਨ ਸੈਂਟਰਲ ਜਿਹੜਾ ਕਾਫੀ ਦਾ ਅਮ ਅਗਰ ਤੁਸੀਂ ਉਰਦੂ ਦੀ ਗਜ਼ਲ ਨਾਲ ਜਾਂ ਉਰਦੂ ਦੀ ਸ਼ਾਇਰੀ ਨਾਲ ਕੰਪੇਅਰ ਕਰੋ ਜਿਦੇ ਵਿੱਚ ਮੇਲ ਪੋਇਟ ਹੀ ਜਿਹੜਾ ਹੈ ਔਰ ਮੇਲ ਪੋਇਟ ਦਾ ਮੇਲ ਪਰਸਪੈਕਟਿਵ ਦੁਨੀਆ ਨੂੰ ਦੇਖ ਰਿਹਾ ਹੈ ਮੁੱਝ ਸੇ ਪਹਿਲੀ ਸੀ ਮੁਹੱਬਤ ਮੇਰੀ ਮਹਿਬੂਬ ਨਾਮਾਂ ਗਿਆ ਜਿਵੇਂ ਵੀ ਹੈ ਪਰਸਪੈਕਟਿਵਸ ਇਥੇ ਹਮੇਸ਼ਾ ਪਰਸਪੈਕਟਿਵ ਜੈਡ ਸਬਆਲਟਨ ਦਾ ਹੈ ਔਰ ਔਰ ਉਹ ਕੌਣ ਹੈ ਉਹ ਦਲਿਤ ਹੈ ਔਰ ਔਰਤ ਹੈ ਸੋ ਸੋ ਅ ਸਿੰਪਲ ਜ਼ਬਾਨ ਦਾ ਔਰ ਨਾਲ ਉਹ ਜਿਹੜੀ ਮੈਂ ਕਿਹਾ ਸੀ ਕਿ ਇਸ ਸ਼ਾਇਰੀ ਦੇ ਵਿੱਚ ਇਸ ਪੋਇਟ੍ਰਿਕਸ ਦੇ ਵਿੱਚ ਤੁਸੀਂ ਕਾਸਟ ਦੀ ਕ੍ਰਿਟਿਕ ਡੋਮਿਨੈਂਟ ਰਿਲੀਜਨ ਦੀ ਕ੍ਰਿਟਿਕ ਤੋਂ ਔਰ ਪਾਵਰ ਦੀ ਕ੍ਰਿਟਿਕ ਤੋਂ ਔਰ ਜੈਂਡਰ ਦੀ ਕ੍ਰਿਟਿਕ ਤੋਂ ਅਲੱਗ ਨਹੀਂ ਕਰ ਸਕਦੇ ਸੋ ਇੱਕ ਮੈਂ ਥੋੜਾ ਜਿਹਾ ਸ਼ੇਅਰ ਕੀਤਾ ਦੂਸਰੀ ਇੱਕ ਹੋਰ ਜਿਹੜੀ ਟੈਕਸਟ ਸਾਡੇ ਕੋਲ ਸ਼ਾਇਦ ਜਲਦੀ ਨਾਲ ਟਾਈਮ ਹੈ ਉਬਲ ਲੈਣੀ ਆ ਹੂੰ ਦੋਨੋਂ ਅਸੀਂ ਪੜ ਸਕਦੇ ਆ ਐਕਚੁਅਲੀ ਸੋ ਐਸ਼ਾ ਹੁਸੈਨ ਦੀ ਹੈ ਔਰ ਜਿਹੜੀ ਸਾਡੀ ਰੀਡਿੰਗਸ ਨੇ ਜੋ ਮੈਂ ਰੀਡਿੰਗਸ ਦਾ ਡਾਕੂਮੈਂਟ ਸ਼ੇਅਰ ਕੀਤਾ ਹੈ ਉਸ ਦੇ ਵਿੱਚ ਨੰਬਰ 11 ਦਾ ਜਿਹੜਾ ਉੱਤੇ ਸਫੇ ਦਾ ਨੰਬਰ ਲਿਖਿਆ ਹੋਇਆ ਸੋ ਕਹਿ ਰਿਹਾ ਹੈ ਸ਼ਾਹ ਹੁਸੈਨ ਬਾਰੇ ਵੀ ਥੋੜੀ ਜਿਹੀ ਮੈਂ ਪਹਿਲੇ ਵੀ ਗੱਲ ਕੀਤੀ ਸੀ ਲੇਕਿਨ ਸ਼ਾਹ ਹੁਸੈਨ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਹਨਾਂ ਦਾ ਵੀ ਤਾਲੁਕ ਉਸੇ ਏਰੀਆ ਤੋਂ ਸੀ ਲਾਰਜਲੀ ਲਾਹੌਰ ਤੋਂ ਤਾਲੁਕ ਸੀ ਸਪੈਸੀਫਿਕਲੀ ਇਹਨਾਂ ਦਾ ਜਿਹੜਾ ਮਜ਼ਾਰ ਹੈ ਉਹ ਲਾਹੌਰ ਦੇ ਵਿੱਚ ਸ਼ਾਲਮਾਰ ਦੇ ਇਲਾਕੇ ਦੇ ਵਿੱਚ ਹੈ ਔਰ ਉਥੇ ਜੋ ਕਬਰ ਹੈ ਹੁਸੈਨ ਦੀ ਔਰ ਹੁਸੈਨ ਜਿਹੜਾ ਹੈ ਆਪ ਉਹ ਉਹਦੇ ਵਿੱਚ ਉਸ ਦਾ ਜਿਹੜਾ ਮਸ਼ੂਕ ਸੀ Uh, माधु भी नाल ही दफन है सो यह काफ़ी एक भी विषय है कि यह आम नॉलेज है कि ए दो मर्द सन ए दो आशक सन एवर है, है और उत बहुत वड्डा मेला भी है और हुसैन दी अपनी कहानी हुसैन बुल्ले शाह तो भी पुराने दो डेढ़ सौ साल का फर्क है सोलहवीं सदी के शायर ने और सोलहवीं सदी दे विच अकबर ਦਾ ਵੀਲਾ ਸੀ تھے اور ਅਕਬਰ ਦਾ ਦਰਬਾਰ ਲਾਹੌਰ ਵਿੱਚ ਹੀ ਹੈ ਸੀ। ਔਰ ਜੋ ਥੋੜੀ ਜੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉਹ ਐਹੋ ਹੀ ਮਿਲਦੀ ਹੈ ਕਿ ਅਕਬਰ ਦੇ ਦਰਬਾਰ ਨੂੰ ਕਾਫੀ ਤੰਗ ਕਰਦਾ ਸੀ ਹੁਸੈਨ ਦੀ ਜਿਹੜੀ ਐਕਟੀਵਿਟੀ ਸਨ। ਔਰ ਉਹ ਕੀ ਸਨ? ਸੜਕ ਦੇ ਵਿੱਚ ਗਾਵਣ, ਲਾਲ ਆਪਣਾ ਉਹ ਚੋਗਾ ਪਾ ਕੇ ਤੇ ਅਮ ਫਿਰਦੇ ਸਨ, ਗੰਦੇ ਸਨ। ਔਰ ਖੁਲੇआम ਸਾਰੇ ਆਮ ਆਪਣਾ ਜਿਹੜਾ ਇਸ਼ਕ ਸੀ ਮ hạnੂ ਦੇ ਨਾਲ ਉਹਨੂੰ ਲੋਕਾਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਸੋ ਅਗੇਨ ਉਹ ਵੀ ਆਪ ਜੁਲਾਹਾ ਸੀ ਸੋ ਜੁਲਾਹੇ ਜਿਹੜਾ ਹੈ ਵੀਵਰ ਹੁੰਦੇ ਨੇ ਸੋ ਜੁਲਾਹੇ ਦੀ ਜਿਹੜੀ ਕਾਸਟ ਹੈ ਉਹ ਕੋਈ ਉੱਚੀ ਜਾਤ ਨਹੀਂ ਹੈ ਲੇਕਿਨ ਉਧਰ ਆ ਲਵਰ ਜਿਹੜਾ ਸੀ ਆਸ਼ਿਕ ਸੀ ਉਹ ਉਹ ਬ੍ਰਾਹਮਣ ਮੁੰਡਾ ਸੀ ਉਹ ਬ੍ਰਾਹਮਣ ਲੜਕਾ ਸੀ ਸੋ ਅਗੇਨ ਜਿਹੜੀ ਹੁਸੈਨ ਦੀ ਵੀ ਸ਼ਾਇਰੀ ਦੇ ਵਿੱਚ ਕਿਵੇਂ ਜਿਹੜੀ ਡਿਜ਼ਾਇਰ ਹੈ ਉਕਿਵੇਂ ਉਹ ਬਿਲਕੁਲ ਉਹਨੂੰ ਕੁਇਰ ਕਰਦੀ ਹੈ ਕਾਸਟ ਦੇ ਨਾਲ ਵੀ ਖੇਡ ਰਹੀ ਹੈ ਕਲਾਸ ਦੇ ਨਾਲ ਖੇਡ ਰਹੀ ਹੈ ਡੋਮਿਨੈਂਟ ਰਿਲੀਜੀਅਨ ਨਾਲ ਖੇਡਦੀ ਹੈ ਬਹੁਤ ਜ਼ਿਆਦਾ ਬਿਲਕੁਲ ਉਸੇ ਤਰ੍ਹਾਂ ਬੁੱਲੇ ਬੁੱਲੇ ਦੀ ਤਰ੍ਹਾਂ ਸੋ ਇਹ ਜਿਹੜੀ ਇੱਕ ਕਾਫੀ ਮੈਂ ਥੋੜੇ ਜਿਹੀ ਪੜ ਲੈਣੀ ਹਾਂ ਨੰਬਰ 11 ਵਾਲੀ ਆਸ਼ਿਕ ਹੋਵੇ ਤਾਂ ਇਸ਼ਕ ਕਮਾਵੇ ਰਾਹ ਇਸ਼ਕ ਦਾ ਸੂਈ ਦਾ ਨਕਾ धागा होवे ता जावे सो so, अगर तुम आशिक हो तो तुम इश्क कमाओगे आशिक बने बगैर आशिक हुए बगैर, तुम इश्क नहीं कमा सकते। राह इश्क दा सुई दा नक्का सो so, सुई का नक्का सुई का आंख आई ऑफ द नीडल जिसके अंदर से धागा गुजरता है सो so, राह इश्क दा जेड़ा राह है वो दी, उस बारीक सुराख वर्गा है इन्ना इना सोड़ा इन्ना है यानी इन्ना टाइट है धागा हो में जाने तेन ओ लंघन मैं उसमें से गुजरने के लिए धागा बनना पड़ेगा बाहर पाक अंदर आलूदा क्या तू शेख कहा बाहर से पाक हो अंदर से आलूदा हो और तुम अपने आप को शेख कहलाते हो सो शेख वो जाहिर है टाइटल भी है हल उस वेले टाइटल सी खास स्पिरिचुअल लीडर दे उत्ती उच्ची जात दे मुसलमान दे भी और एक लीडर दे भी शेख जिकन अरबी उस कल्चर दे के इत आया कहे हुसैन जे फारग थी वे तो खास मरातबा पावे हुसैन कहता है कि अगर कभी थोड़ा सा फारग खो के देखो तो खास रुतबा पा सकते हो खास एक uh, जगह पर पहुंच सकते हो सो so, आशक होवे तो इश्क कमावे सो इत अगेन वेखो कि इश्क दी किस तरह की डिफरेंट इंटरप्रिटेन है इश्क न फारग होवर जोड़िया गया है और फारग होवन की है um, काम तो इनकार है सो so, रिफ्यूजल टू लेबर इन अस्टम दैट एक्सट्रैक्ट एंड एक्सप्लॉयट सो अगैन इनू असी उस सकने जो दूसरी साड़ी काफ़ी सी मैं एक सुमरा चुन चुन हारी मैं हार गई हाँ मैं हूँ नहीं करे हुसैन फारग थी में फारग होके वेख एस सिस्टम के खास किस्म की कम वंट यानी एस डिविजन ऑफ लेबर जी है ਇਸ ਦੇ ਵਿੱਚੋਂ ਨਿਕਲ ਕੇ ਵੇਖ ਤੈਨੂੰ ਕੀ ਸਮਝ ਆਂਦਾ ਸੋ ਇੱਥੇ ਅਗੇਨ ਪਹਿਲੇ ਮੈਂ ਥੋੜਾ ਜਿਹਾ ਕੋਟ ਕੀਤਾ ਸੀ ਇਸ਼ਕ ਦੀ ਬਹੁਤ ਹੋਰ ਤਰ੍ਹਾਂ ਦੇ ਤਸਵਰ ਹੈ ਕਿ ਇਸ਼ਕ ਨੂੰ ਅਗੇਨ ਜਿਹੜਾ ਉਹ ਰਾਹ ਇਸ਼ਕ ਦਾ ਸੂਈ ਦਾ ਨਕਾ ਦੀ ਗੱਲ ਹੈ ਕਿ ਰਾਹ ਇਸ਼ਕ ਦਾ ਜਿਹੜਾ ਹੈ ਉਹ ਸੂਈ ਦੇ ਸੁਰਾਖ ਵਰਗਾ ਹੈ ਐ ਸਾਨੂੰ ਖਾਸ ਕਿਸਮ ਦੇ ਇੱਕ ਮਜ਼ਬਦ ਦੇ ਉਹਦੇ ਵਿੱਚ ਵੀ ਐਦੀ ਰੈਫਰੈਂਸ ਮਿਲਦੀ ਹੈ ਕਿ ਜੀ ਕਿਆ ਜਾਂਦਾ ਹੈ ਕਿ ਕਿਆਮਤ ਵਾਲੇ ਦਿਨ ਜਿਹੜਾ ਜਿਨਨੇ ਬੁਰੇ ਈਮਾਲ ਜਿਹਦੇ ਸਨ ਉਹਨੂੰ ਇਸ ਤਰ੍ਹਾਂ ਲੰਗਣਾ ਪਏਗਾ ਜਿਵੇਂ ਸੂਈ ਦੇ ਉਸ ਦੇ ਵਿੱਚੋਂ ਲੰਗਣਾ ਹੁੰਦਾ ਹੈ ਲੇਕਿਨ ਇੱਥੇ ਉਹਨਾਂ ਨੂੰ ਹੁਸੈਨ ਨੇ ਉਹਨੂੰ ਕਿਸ ਤਰ੍ਹਾਂ ਹੋਰ ਤਰ੍ਹਾਂ ਯੂਜ਼ ਕੀਤਾ ਹੈ ਸੋ ਬਿਲਕੁਲ ਟਰਾਂਸਫਾਰਮ ਕਰ ਦਿੱਤਾ ਹੈ ਸੋ ਥੋੜੀ ਜਿਹੀ ਥੋੜੀ ਜਿਹੀ ਜਿਹੜੀ ਮੈਨੂੰ ਦਿੱਕਤ ਇੱਥੇ ਹੋ ਰਹੀ ਹੈ ਉਹ ਹੈ ਕਿ ਮੈਂ ਜਦੋਂ ਵੀ ਸ਼ਾਇਰੀ ਪੜ੍ਹਨੀ ਆ ਮੈਨੂੰ ਅਕੇਲੇ ਸ਼ਾਇਰੀ ਪੜ੍ਹਨੀ ਪਸੰਦ ਨਹੀਂ ਹੈ ਤੇ ਮੈਂ ਡਿਸਕਸ਼ਨ ਦੇ ਫਾਰਮੈਟ ਦੇ ਵਿੱਚ ਲੋਕਾਂ ਤੋਂ ਸੁਣ ਕੇ ਆ ਕਾਫੀ ਪ੍ਰੋਸੈਸ ਉਹਦਾ ਚੱਲਦਾ ਹੈ ਸੋ ਥੋੜਾ ਜਿਹਾ ਉਹ ਮੈਂ ਮਿਸ ਕਰ ਰਹੀ ਹਾਂ ਇਸ ਆਨਲਾਈਨ ਦੀ وجہ ਤੋਂ ਅਮ ਦੂਸਰੀ ਜਿਹੜੀ ਹੈ ਉਹ ਵੀ ਅਸੀਂ ਜਲਦੀ ਨਾਲ ਮੈਂ ਪੜ੍ਹ ਦੇਣੀ ਆ ਮੇਰੇ ਸਾਹਿਬਾ ਮੈਂ ਤੇਰੀ ਹੋ ਮੁੱਕੀ ਆ सो अगेन ए हुसैन कह रहा है अपने लिए फेमनिक वॉइस uh, अडोप्ट करके मैं मेरे साहबा मैं तुम्हारी हो चुकी हूं सो so, हूँ एदा एव जो इंटरेस्टिंग गल लगी वो है uh, एक बारी मैं किसी ने कहा कि जी ए तो बड़ी फेमिनिस्ट पोयट्री है क्योंकि इतने तो वो गल कर रहा है कि जी औरत अपनी विल छ दे ਉਹ ਤੇ ਸਾਹਿਬ ਦੀ ਹੋ ਗਈ ਹੈ ਤੇ ਉਹ ਦੀ ਆਪਣੀ ਤੇ ਆਇਡੈਂਟੀਟੀ ਕੋਈ ਰਹੀ ਨਹੀਂ ਤੇ ਉਸ ਦੇ ਉੱਤੇ ਮੇਰਾ ਰਿਸਪੌਂਸ ਐ ਸੀ ਕਿ ਤੁਸੀਂ ਇਹ ਵੀ ਤੇ ਵੇਖੋ ਕਿ ਉਸ ਚੁਆਇਸ ਦਾ ਮਤਲਬ ਕੀ ਹੈ ਕਿ ਅਸੀਂ ਜਦੋਂ ਅ ਕਿਸੇ ਆਈਡੀਓਲੋਜੀ ਦੀ ਗੱਲ ਕਰਨੇ ਆ ਉਹਦੇ ਨਾਲ ਫਿਡੈਲਿਟੀ ਦੀ ਗੱਲ ਕਰਨੇ ਆ ਤੇ ਉਹ ਕਮਿਟਮੈਂਟ ਹੁੰਦੀ ਹੈ ਇੱਕ ਸੋ ਕਮਿਟਮੈਂਟ ਕੀ ਤੁਹਾਡੀ ਹਸਤੀ ਨੂੰ ਮਿਟਾ ਦਿੰਦੀ ਹੈ ਜਾਂ ਉਹ ਤੁਹਾਨੂੰ ਕੋਈ ਅਸਲ ਤੁਹਾਡੀ ਪਹਿਚਾਨ ਕਰਾ ਦਿੰਦੀ ਹੈ ਸੋ ਇੱਥੇ ਜਿਹੜੀ ਇੰਪੋਰਟੈਂਟ ਗੱਲ ਹੈ ਉਹ ਇਹ ਹੈ ਕਿ ਹੁਸੈਨ ਦਾ ਮਾਧੂ ਨੂੰ ਇਸ਼ਕ ਕਰਨਾ ਕਾਸਟ ਦੇ ਸੈਕਸ਼ੁਅਲਿਟੀ ਦੇ ਕਲਾਸ ਦੇ ਜੈਂਡਰ ਦੇ ਇਹਨਾਂ ਸਾਰੀਆਂ ਜਿਹੜੀਆਂ ਹੱਦਬੰਦੀਆਂ ਨੇ ਉਹਨਾਂ ਨੂੰ ਤੋੜ ਰਿਹਾ ਹੈ ਸੋ ਅਗਰ ਉਸਤੇ ਉਸ ਉਸ ਫਰੇਮਵਰਕ ਵਿੱਚ ਹੀਰ ਔਰ ਰਾਂਝੇ ਦਾ ਇਸ਼ਕ ਹੋ ਰਿਹਾ ਹੈ ਜਿਵੇਂ ਮਾਧੋ ਔਰ ਹੁਸੈਨ ਦਾ ਹੋ ਰਿਹਾ ਹੈ ਤੇ ਉਹ ਕੀ ਹੈ ਫਿਰ ਉਹ ਕੋਈ ਮੇਰੇ ਖਿਆਲ ਤੇ ਉਸ ਤੋਂ ਜ਼ਿਆਦਾ ਕੋਈ ਫੈਮਿਨਿਸਟ नहीं हो सकती शायद मनो ना विसारी तू मैनू मेरे साहबा मुझे अपने दिल से मत भुलाना मेरे साहबा हर गलों में चुकी हाँ औगनहारी गुण ना मैं गुनहगार हकारार हूं मेरा कोई गुण नहीं है सो अगेन जेडी एक भी और आम डोमिनेंट जड़ी मोरालिटी है उसनू फ्लिप कर रहे हैं अपने आप नुनागाह कह के

ਇਹ ਲਿਖਣਾ ਕਿਵੇਂ ਉਹ ਮੈਸਕਿਉਲਿਨਿਟੀ ਦੀ ਕੀ ਡੀਕਨਸਟਰਕਸ਼ਨ ਇੱਥੇ ਚੱਲ ਰਹੀ ਹੈ ਸੋ ਥੋੜਾ ਜਿਹਾ ਜੇ ਅਗਰ ਮੈਂ ਇਹਨੂੰ ਵਾਈਂਡ ਅਪ ਕਰਨ ਤੇ ਆਵਾਂ ਤੇ ਜ਼ਾਹਿਰ ਹੈ ਸੀ ਕੋਈ ਬਹੁਤ ਲੰਮੀ ਗੱਲ ਨਹੀਂ ਕਰ ਸਕੇ ਲੇਕਿਨ ਥੋੜਾ ਜਿਹਾ ਇਸ ਇਸ ਦੀ ਖਾਸ ਪੋਏਟਿਕਸ ਬਾਰੇ ਗੱਲ ਕਰੀਏ ਤੇ ਆਮ ਜ਼ਬਾਨ एवरीडे ਆਰਡੀਨਰੀ ਸੈਟਿੰਗ ਔਰ ਜੀ ਜਿਹੜੀ ਗੱਲ ਹੈ ਰਿਵਰਸਲ ਇੱਕ ਆਮ ਐਕਸੈਪਟਿਡ ਸ਼ੈ ਨੂੰ ਯਾਨੀ ਜਿਕਨ ਗੁਨੇਗਾਰ ਹੋਵਣ ਨੂੰ ਜਾਂ ਮੈਸਕੂਲਨ ਹੋਵਣ ਨੂੰ ਕਿਵੇਂ ਰਿਵਰਸ ਉਲਟਾ ਦਿੰਦੇ ਨੇ ਬਿਲਕੁਲ ਫਲਿੱਪ ਕਰ ਦਿੰਦੇ ਨੇ ਸੋ ਜਿਵੇਂ ਐ ਤੇ ਉਹਨਾਂ ਨੇ ਰਣਜੀਤ ਗੋਹਾ ਨੇ ਵੀ ਗੱਲ ਕੀਤੀ ਹੈ ਕਿ ਕੀ ਜਿਹੜਾ ਇੱਕ ਇੱਕ ਪੈਜ਼ੈਂਟ ਇਮੇਜਿਨੇਸ਼ਨ ਦੇ ਵਿੱਚ ਜਦੋਂ ਤੁਸ ਜਦੋਂ ਨਾਬਰੀ ਹੁੰਦੀ ਹੈ ਜਦੋਂ ਰਿਬੈਲਿਅਨ ਹੁੰਦਾ ਹੈ ਤੇ ਉਹਦੇ ਵਿੱਚ ਉਹ ਰਿਵਰਸਲ ਕਿੰਨਾ ਜ਼ਰੂਰੀ ਹੈ ਸੋ ਇਹ ਸ਼ਾਇਰੀ 'ਚ ਸਾਨੂੰ ਬਾਰ-ਬਾਰ ਨਜ਼ਰ ਆਉਂਦਾ ਹੈ ਬੁੱਲੇ ਸ਼ਾਹ ਨੇ ਵੀ ਲਿਖਿਆ ਉਲਟੇ ਜ਼ਮਾਨੇ ਆਏ ਉਲਟੇ ਜ਼ਮਾਨੇ ਨੂੰ ਚੰਗਾ ਕਹਿ ਰਹੇ ਨੇ ਅਮ ਔਰ ਸੋ ਇਹ ਆਇਰਨੀ ਰਿਵਰਸਲ ਇਸ ਦਾ ਬਹੁਤ ਰੋਲ ਹੈ ਔਰ ਥੀਸ ਚੌਥੀ ਜਿਹੜੀ ਮੈਂ ਥੋੜੀ ਜਿਹੀ ਗਲਤੀ ਕੀਤੀ ਸੀ ਕਿ ਇੱਕ ਯੂਨੀਵਰਸਲਿਸਟ ਅਮ ਟੈਰੇਨ ਦੇ ਗੱਲ ਕਰਦੇ ਨੇ ਜਿਹਦੇ ਵਿੱਚ ਕਾਸਟ ਦੀ ਜੈਂਡਰ ਦੀ ਕਲਾਸ ਦੀ ਕ੍ਰਿਟਿਕ ਨਾਲੋਂ ਨਾਲ ਬਿਲਕੁਲ ਨਾਲ ਹੁੰਦੀ ਹੈ ਉਹਨੂੰ ਅਸੀਂ ਸੈਪਰੇਟ ਐਨਾਲਿਟਿਕਲੀ ਨਹੀਂ ਨਹੀਂ ਕਰ ਸਕਦੇ ਸੋ ਆਈ ਥਿੰਕ ਮੈਂ ਹੁਣ ਇੱਥੇ ਥੋੜੀ ਜਿਹੀ ਆਪਣੀ ਗੱਲ ਕੰਕਲੂਡ ਕਰਾਂਗੀ ਤੇ ਜੋ ਮੈਂ ਪਲਾਨ ਥੋੜਾ ਜਿਹਾ ਕੀਤਾ ਹੋਇਆ ਸੀ ਹੋਪਫੁਲੀ ਅਗਰ ਬਹੁਤ ਚੰਗਾ ਹੋਏਗਾ ਅਗਰ ਲੋਕੀ ਆਪਣੇ ਕੁਝ ਵਿਚਾਰ ਆਪਣੇ ਆਈਡੀਆਜ਼ ਕੋ ਸ਼ੇਅਰ ਕਰਦੇ ਨੇ ਥੇ ਔਰ ਉਹਦੇ ਤੇ ਅਸੀਂ ਡਿਸਕਸ਼ਨ ਕਰ ਸਕਨੇ ਆ ਤੇ ਮੈਂ ਉਨੀ دیر ਜਿਹੜੀ ਅਸੀਂ ਪਹਿਲੇ ਕਾਫੀ ਪੜ੍ਹੀ ਹੈ ਮੈਂ ਕੁਮੜਾ ਚੁੰਚੁੰਹਾਰੀ ਉਹ ਮੈਂ ਤੁਹਾਡੇ ਲਈ ਪਰਫਾਰਮ ਕਰਾਂਗੀ ਮੇਕ ਕਸਮ ਬੜਾ ਚੋਣੇ ਚੋਣੇ ਹਾਂ